जस टीवी देख रहे हो तुसीं, मैं केपी सिंह तुहाडा स्वागत करदा। असीं हमेशा कोशिश करदे हां कि इस मंच तों हमेशा सांझ दा सुनेहा दित्ता जावे। सियासत हालांकि सांझ दा सुनेहा देण दी कोशिश विच हमेशा कुछ ना कुछ करदी हैगी है, पर उस कोशिश दे विचाले सियासत जरूर आउंदी हैगी है। 595वें गुरपुरब दे संबंधी समागम होणे आ ते उस दे विचाले सियासत भारू पै रही है। इह सियासत ਕੱਲੀ ਪੰਜਾਬ ਵਿੱਚ ਨਹੀਂ, ਦਿੱਲੀ ਤੱਕ ਵੀ ਸਿਆਸਤ ਹੋ ਰਹੀ ਹੈ। ਦਿੱਲੀ ਵਿੱਚ ਸਵਾਲ ਇਹ ਚੁੱਕਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਵੱਖੋ ਵੱਖਰੇ ਕੱਢੇ ਜਾ ਸਕਦੇ ਹੈਗੇ ਆ। ਇੱਥੇ ਸਵਾਲ ਇਹ ਚੁੱਕਿਆ ਜਾ ਰਿਹਾ ਪੰਜਾਬ ਦੇ ਵਿੱਚ ਕਿ ਮੰਚ ਆ ਜਿਹੜੇ ਉਹ ਵੱਖ ਵੱਖ ਸਜਾਏ ਜਾ ਸਕਦੇ ਹੈਗੇ ਆ। ਸਾਰਿਆਂ ਦੇ ਆਪਦੇ ਆਪਦੇ ਏਜੰਡੇ ਹੈਗੇ, ਆਪਦੇ ਆਪਦੇ ਮੁਫਾਦ ਹੈਗੇ ਆ, ਪਰ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਸੀਗਾ ਉਸ 'ਤੇ ਰਾਜਨੀਤੀ ਕਿਉਂ ਹੋ ਰਹੀ ਆ? ਸਾਡਾ ਸਵਾਲ ਇਹੀ ਹੈ। ਗੁਰਪੁਰਬ 'ਤੇ ਸਿਆਸੀ ਕੰਡਾ ਕਿਉਂ? ਅੱਜ ਬਹਿਸ ਇਸੇ ਲਈ ਕਰ ਰਹੇ ਹਾਂ, ਸਾਂਝੀਵਾਲਤਾ 'ਤੇ ਸਿਆਸਤ ਹੋ ਰਹੀ ਹੈ। 595ਵੇਂ ਗੁਰਪੁਰਬ ਦੇ ਸਮਾਗਮਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਹੋਰ ਤਪਕੀ ਹੈ। ਇੱਕ ਮੰਚ 'ਤੇ ਸਾਂਝੇ ਸਮਾਗਮਾਂ ਦੀ ਸੱਦੇ ਦੀ ਅਪੀਲ ਨੂੰ ਦੋ ਧਿਰਾਂ ਨੇ ਸਿੱਧੇ ਤੌਰ 'ਤੇ ਠੁਕਰਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਧੜੇ ਦੇ ਵੱਖ ਵੱਖ ਸਟੈਂਡ ਹੈਗੇ ਆ। ਪੀਐਲਬੀ ਦੇ ਦੋਸ਼ਾਂ ਵਿੱਚ ਘਿਰੀ ਧਿਰ ਨਾਲ ਸਟੇਜ ਸਾਂਝੀ ਨਹੀਂ ਕੀਤੀ ਜਾਵੇਗੀ, ਇਹ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁਖੀ ਨੇ ਸਿੱਖਾਂ ਦੇ ਕਾਤਲ ਅਤੇ ਬੇਅਦਬੀ ਦੇ ਦੋਸ਼ੀਆਂ ਨਾਲ ਕੋਈ ਸਾਂਝ ਨਹੀਂ, ਇਸੇ ਅਮਰਜੀਤ ਸਿੰਘ ਮਾਨ ਨੇ ਕਿਹਾ ਅਤੇ ਕਿਹਾ ਕਿ ਵੱਖਰੀ ਸਟੇਜ ਸਜਾਵਾਂਗੇ। ਇਸ ਤੋਂ ਪਹਿਲਾਂ ਸਮਾਗਮਾਂ ਨੂੰ ਸਿਆਸੀ ਰੰਗਤ ਦੇਣ ਦੇ ਅਕਾਲੀਆਂ ਅਤੇ ਕਾਂਗਰਸ ਪਹਿਲਾਂ ਹੀ ਇਲਜ਼ਾਮ ਲਾ ਚੁੱਕੀ ਹੈ। ਸਿਆਸਤ ਕਹਿੰਦੀ ਕੀ ਹੈ ਪਹਿਲਾਂ ਉਹ ਸੁਣ ਲਈਏ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਹਿਲਾਂ ਤੋਂ ਹੀ ਯਤਨ ਕੀਤੇ ਜਾ ਰਹੇ ਨੇ ਕਿ ਇਹ ਸਮਾਗਮ ਜਿਹੜੇ ਨੇ ਅਸੀਂ ਰਲ ਮਿਲ ਕੇ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ, ਸਾਰੀਆਂ ਧੜੇਬੰਦੇ, ਸਾਰੇ ਜਥੇਬੰਦੀਆਂ ਸਾਰੇ ਇਕੱਠੇ ਹੋ ਕੇ ਮਨਾਈਏ, ਕਿਉਂਕਿ ਭਾਵੇਂ ਸਾਡੇ ਵਿੱਚ ਵਖਰੇਵੇਂ ਨੇ ਪਰ ਅਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਜਿਹੜੇ ਆ ਉਹ ਸਾਰੇ ਮੰਨਦੇ ਹਾਂ। ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਮਾਨ ਸਨਮਾਨ ਅਸੀਂ ਸਾਰੇ ਹੀ ਦਿੰਦੇ ਹਾਂ ਅਤੇ ਜਦੋਂ ਅਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਾਰੇ ਮੰਨਦੇ ਹਾਂ, ਜਦੋਂ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਾਰੇ ਮਾਨ ਸਨਮਾਨ ਦਿੰਦੇ ਹਾਂ ਅਤੇ ਜਦੋਂ ਅਸੀਂ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਸਾਰੇ ਇਕੱਠੇ ਹੋ ਕੇ ਜਿਹੜਾ ਸਤਿਕਾਰਦੇ ਹਾਂ ਅਤੇ ਫਿਰ ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਉੱਤੇ ਅਸੀਂ ਇਕੱਠੇ ਕਿਉਂ ਨਹੀਂ ਹੋ ਸਕਦੇ? ਕੋਈ ਵੀ ਬੰਦਾ ਜਿਹੜਾ ਇਸ ਸਮਾਗਮ ਲਈ ਇਹਨਾਂ ਪ੍ਰੋਗਰਾਮਾਂ ਨੂੰ ਤਾਰ ਪਿੰਡੋ ਕਰਦਾ ਜਾਂ ਕਿਸੇ ਤਰ੍ਹਾਂ ਵੀ ਇਹਨਾਂ ਸਮਾਗਮਾਂ ਨੂੰ ਨੇਪਰੇ ਚੜ੍ਹਨ ਤੋਂ ਰੋਕਣ ਵਿੱਚ ਕੋਈ ਗਲਤ ਭੂਮਿਕਾ ਅਦਾ ਕਰਦਾ ਉਹਦੇ ਖਿਲਾਫ਼ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਔਰ ਸਿੰਘ ਸਾਹਿਬਾਨ ਸਖ਼ਤ ਐਕਸ਼ਨ ਲੈ। ਜਿਹੜੀ ਸੁਲਤਾਨਪੁਰ ਲੋਧੀ ਦੇ ਵਿੱਚ ਪ੍ਰੋਗਰਾਮ ਹੋ ਰਹੇ ਆ ਅਤੇ ਇਹਦੇ ਵਿੱਚ ਜਿਹੜੇ ਕੋਈ ਵੀ ਤੁਸੀਂ ਆਪਦੇ ਵੱਲੋਂ ਉਹਨਾਂ ਨਾਲ ਸਹਿਮਤ ਹੋ ਕੇ ਕਰ ਰਹੇ ਹੋ ਜਾਂ ਅਲੱਗ ਕਰ ਰਹੇ ਹੋ? ਅਸੀਂ ਅਲੱਗ ਕਰਾਂਗੇ, ਕਿਉਂ ਕਰਕੇ ਬਾਬਰ ਜਾਬਰ ਨਹੀਂ ਸਾਡੀ ਸਟੇਜ 'ਤੇ ਆ ਸਕਦਾ ਹੈਗਾ। ਜਿਵੇਂ ਅਸੀਂ ਪਹਿਲਾਂ ਕਹਿੰਦੇ ਸਾਂ ਕਿ ਕੈਪਟਨ ਪਰਿਵਾਰ ਅਤੇ ਬਾਦਲ ਪਰਿਵਾਰ ਦੀ ਅੰਢ ਗੰਢ ਆ, ਉਹਨਾਂ ਦੀ ਮਿਲੀ ਭੁਗਤ ਆ, ਉਹ ਇਲੈਕਸ਼ਨਾਂ ਵੀ ਇਕੱਠੀਆਂ ਲੜਦੇ ਆ, ਉਹ ਹੁਣ ਪ੍ਰੋਗਰਾਮ ਵੀ ਇਕੱਠੇ ਬਹਿ ਕੇ ਉਹਨਾਂ ਦਾ ਪ੍ਰੋਗਰਾਮ ਬਣ ਰਿਹਾ ਆ। ਸੋ ਅਸੀਂ ਉਹਨਾਂ ਲੋਕਾਂ ਨਾਲ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਨੇ ਉਹਨਾਂ ਲੋਕਾਂ ਨਾਲ ਸਟੇਜ ਸਾਂਝੀ ਨਹੀਂ ਕਰ ਸਕਦੇ, ਇਸ ਕਰਕੇ ਇਹ ਫੈਸਲਾ ਕੀਤਾ ਕਿ ਅਸੀਂ ਉਹਨਾਂ ਨਾਲ ਇੱਕ ਸਟੇਜ ਸਾਂਝੀ ਨਹੀਂ ਕਰਾਂਗੇ। ਸਵਾਲ ਇੱਕੋ ਪੁੱਛਿਆ ਜਾਵੇਗਾ, ਇਸ ਚਰਚਾ ਦੇ ਵਿੱਚ ਸਵਾਲ ਇਹ ਪੁੱਛਿਆ ਜਾਵੇਗਾ ਧਾਰਮਿਕ ਸਮਾਗਮਾਂ 'ਤੇ ਸਾਂਝ ਦਾ ਸੁਨੇਹਾ ਕਿਹੜੀ ਸਿਆਸਤ ਵਿੱਚ ਉਲਝਿਆ? ਇਸੇ ਸਵਾਲ 'ਤੇ ਹੀ ਚਰਚਾ ਕਰਾਂਗੇ। ਮਹਿਮਾਨ ਸਾਡੇ ਨਾਲ ਮੌਜੂਦ ਹੈਗੇ, ਉਹਨਾਂ ਦਾ ਤਾਰਫ ਕਰਾ ਰਿਹਾ। ਮਾਲਵਿੰਦਰ ਸਿੰਘ ਮਾਲੀ ਸਾਹਿਬ ਪੋਲੀਟੀਕਲ ਕਮੈਂਟੇਟਰ ਦੇ ਤੌਰ 'ਤੇ ਸਾਡੇ ਨਾਲ ਮੌਜੂਦ ਰਹਿਣਗੇ। ਮਾਲੀ ਸਾਹਿਬ ਇਸ ਸਿਆਸਤ ਨੂੰ ਬਖੂਬੀ ਸਮਝਦੇ ਹੈਗੇ ਆ ਕਿ ਇਹ ਸਿਆਸਤ ਕਿਹੜੇ ਰਾਹ 'ਤੇ ਚੱਲਦੀ ਹੈ ਅਤੇ ਕਿਹੜਾ ਰਾਹ ਇਸ ਸਿਆਸਤ 'ਚੋਂ ਨਿਕਲਦਾ ਹੈਗਾ। ਮਾਲੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਜਗਤਾਰ ਸਿੰਘ ਯੂਥ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਹੈਗੇ ਆ, ਜਗਤਾਰ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਗੁਰਨਾਮ ਸਿੰਘ ਸਿੱਧੂ ਯੂਨਾਈਟਡ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨੇ, ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਇਹਨਾਂ ਦਾ ਰਾਹ ਹੈ ਜਿਹੜਾ ਉਹ ਚੱਲਦਾ ਹੈਗਾ ਕਿ ਨਹੀਂ ਚੱਲਦਾ ਹੈਗਾ, ਅਤੇ ਬਰਗਾੜੀ ਜਿਹੜੀ ਗੱਲ ਹੋ ਰਹੀ ਹੈ ਉਸ ਬਾਰੇ ਵੀ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਸਵਾਲ ਮਲਵਿੰਦਰ ਸਿੰਘ ਮਾਲੀ ਸਾਹਿਬ ਤੁਹਾਨੂੰ ਕਰਨਾ ਚਾਹੁੰਦਾ। ਮਾਲੀ ਸਾਹਿਬ, ਇਸ ਮੁੱਦੇ ਸਿਆਸਤ ਬਹੁਤ ਹੋ ਰਹੀ ਹੈ, ਅਸੀਂ ਵੀ ਇੱਥੇ ਬਹੁਤ ਰੌਲਾ ਪਾ ਸਕਦੇ ਸੀ ਸਾਰਿਆਂ ਨੂੰ ਬੁਲਾ ਕੇ, ਪਰ ਸਾਂਝ ਦੀ ਗੱਲ ਜੇ ਕਰਨੀ ਹੈਗੀ ਹੈ ਤਾਂ ਸਾਂਝ ਲਈ ਇਕੱਠੇ ਹੋਣਾ ਪਊਗਾ, ਅਤੇ ਇਕੱਠੇ ਹੋਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਲ ਜਥੇਦਾਰ ਜਦੋਂ ਕਹਿੰਦੇ ਆ ਉਹਨਾਂ ਦੀ ਅਪੀਲ ਵੀ ਇਹ ਧਿਰਾਂ ਠੁਕਰਾ ਰਹੀਆਂ, ਇਸਦਾ ਮਤਲਬ ਹੈ ਕੀ ਹੈ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਸਿਆਸਤ ਆਪਦੇ ਆਪ 'ਚ ਕੋਈ ਮਾੜੀ ਚੀਜ਼ ਨਹੀਂ ਹੁੰਦੀ। ਜੇ ਸਿਆਸਤ ਕਿਸੇ ਉਦੇਸ਼ ਨੂੰ, ਕਿਸੇ ਮਕਸਦ ਨੂੰ, ਸਮਾਜਿਕ ਸਰੋਕਾਰਾਂ ਨੂੰ ਪ੍ਰੇਰਿਤ ਹੋਵੇ, ਜਾਂ ਸਿਆਸਤ ਆ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਅਨੁਸਾਰੀ ਹੋਵੇ, ਉਹੀ ਜਿਹੀ ਸਿਆਸਤ ਪੁੱਗ ਸਕਦੀ ਹੈ ਸਾਰਿਆਂ ਨੂੰ। ਪਰ ਇਹ ਗੰਦੀ ਸਿਆਸਤ ਖੇਡੀ ਜਾ ਰਹੀ ਹੈ। ਕਿਸੇ ਵੀ ਅਸੀਂ ਸਾਡਾ ਇਤਿਹਾਸਕ ਦਿਹਾੜਾ ਮਨਾਉਂਦੇ ਹਾਂ, ਗੁਰੂ ਸਾਹਿਬਾਨ ਦਾ ਕੋਈ ਦਿਹਾੜਾ ਮਨਾਉਂਦੇ ਹਾਂ, ਜਾਂ ਹੋਰ ਸਾਡੇ ਮਹਾਨ ਜਿਹੜੇ ਰਹਿਬਰ ਹੋਏ ਨੇ ਜਾਂ ਕੋਈ ਆਗੂ ਹੋਏ ਨੇ ਉਹਨਾਂ ਦਾ ਦਿਹਾੜਾ ਮਨਾਉਂਦੇ ਹਾਂ, ਸਾਡਾ ਮਕਸਦ ਕੀ ਹੁੰਦਾ ਜੀ ਉਹ ਦਿਹਾੜਾ ਮਨਾਉਣ ਦਾ? ਮਕਸਦ ਇਹ ਹੁੰਦਾ ਕਿ ਉਹਨਾਂ ਵੱਲੋਂ ਜੋ ਮਨੁੱਖਤਾ ਨੂੰ ਸੰਦੇਸ਼ ਦਿੱਤਾ ਗਿਆ, ਜੋ ਲੋਕਾਂ ਨੂੰ ਸਮਾਜਿਕ ਸੰਦੇਸ਼ ਦਿੱਤਾ ਗਿਆ
ਜਾਂ ਜੋ ਲੋਕਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਦੁਨੀਆ ਦੇ ਵਿੱਚ ਵਿਚਰਨਾ ਕਿਵੇਂ ਆ, ਅਸੀਂ ਉਹਨੂੰ ਸਮਝੀਏ। ਉਹਨੂੰ ਸਮਝ ਕੇ ਅੱਜ ਜੋ ਸਾਡੇ ਹਾਲਾਤ ਹੈਗੇ ਨੇ ਉਹਦੇ ਅਨੁਸਾਰ ਉਹਦਾ ਅਨੁਵਾਦ ਕਰਕੇ ਲੋਕਾਂ ਨੂੰ ਆਪਾਂ ਸੁਨੇਹਾ ਦੇਈਏ। ਜਦੋਂ ਤੁਸੀਂ ਗੁਰੂ ਸਾਹਿਬ ਦੇ, ਗੁਰੂ ਨਾਨਕ ਸਾਹਿਬ ਦੇ ਸੰਦੇਸ਼ 'ਤੇ ਇੱਕਮੁੱਕ ਹੋਵੋਗੇ, ਫਿਰ ਤੁਹਾਡੀ ਉਹ ਸਾਂਝ ਆ ਜਿਹੜੀ ਉਹ ਉੱਭਰਨੀ ਆ, ਬਾਕੀ ਸਾਂਝਾਂ ਨੇ ਜਿਹੜੀਆਂ ਪਿੱਛੇ ਰਹਿ ਜਾਣਗੀਆਂ। ਕਿਉਂ ਗੁਰੂ ਸਾਹਿਬਾਨ ਦਾ ਤਾਂ ਸੰਦੇਸ਼ ਇਹ ਆ ਜੀ, ਆਪਾਂ ਪਹਿਲੀ ਕਹਿੰਦੇ ਚੌ ਵਰਨਾ ਕੋ ਸਾਂਝਾ, ਜਾਂ ਅਸੀਂ ਕਹਿੰਦੇ ਗੁਰੂ ਸਾਹਿਬ ਦਾ ਸੰਦੇਸ਼ ਆ ਉਹ ਸਰਬੱਤ ਲੁਕਾਈ ਲਈ ਆ। ਇੱਕ ਇਹੋ ਜਿਹਾ ਸੰਦੇਸ਼ ਜਿਨ੍ਹਾਂ ਦੇ ਬਾਣੀ ਦੇ 550ਵੇਂ ਪ੍ਰਕਾਸ਼ ਉਤਸਵ 'ਤੇ ਆਪਾਂ ਇਕੱਠੇ ਹੋਣ ਦੀ ਗੱਲ ਕਰਦੇ ਹਾਂ, ਅਸੀਂ ਅਸਲ 'ਚ ਉਹਦੀ ਸੰਦੇਸ਼ ਨੂੰ ਭੁਲਾ ਕੇ ਜਿਹੜੀਆਂ ਸਾਡੀਆਂ ਸਿਆਸੀ ਗਰਜ਼ਾਂ ਨੇ, ਸਿਆਸੀ ਲੋੜਾਂ ਨੇ, ਉਹਦੀ ਪੂਰਤੀ ਕਰਨਾ ਚਾਹੁੰਦੇ ਹਾਂ। ਲੋਕਾਂ ਦੇ ਅੰਦਰ ਜੋ ਉਹ ਸਤਿਕਾਰ ਆ, ਸ਼ਰਧਾ, ਉਹਨੂੰ ਵਰਤ ਕੇ ਉਹਦੇ ਸਿਧਾਂਤ ਨੂੰ ਤਾਂ ਅਸੀਂ ਅੱਗੇ ਲਿਆਉਣ ਦੀ ਗੱਲ ਹੀ ਨਹੀਂ ਕਰ ਰਹੇ, ਨਾ ਕਿਤੇ ਆ ਰਹੀ ਹੈ ਸਾਹਮਣੇ। ਜਗਤਾਰ ਸਿੰਘ, ਬਹੁਤ ਅਹਿਮ ਸਵਾਲ ਹੈ ਮਾਲੀ ਸਾਹਿਬ ਨੇ ਚੁੱਕਿਆ ਹੈਗਾ, ਤੁਸੀਂ ਲੋਕ ਗੰਦੀ ਸਿਆਸਤ ਕਰਦੇ। ਦੇਖੋ ਕੇ ਪੀ ਜੀ, ਗੱਲ ਇਹ ਹੈ ਵੀ ਗੰਦੀ ਸਿਆਸਤ ਅੱਜ ਤੱਕ ਜਿਹੜੀ ਕੀਤੀ ਹੈ ਉਹ ਬਾਦਲ ਦਲ ਨੇ ਕੀਤੀ ਹੈ। ਜੇ ਆਪਾਂ ਇੱਕ ਆਪਾਂ ਸਾਡੀ ਜਿਹੜੀ ਗੱਲ ਹੈ, ਕਿਉਂਕਿ ਮੁੱਦਾ ਇਹ ਹੈ ਵੀ ਅਸੀਂ ਉਹਨਾਂ ਦੇ ਨਾਲ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਹੈ, ਜਿਨ੍ਹਾਂ ਨੇ ਗੁਰੂ ਮਹਾਰਾਜ ਸਾਹਿਬ ਦੇ ਦੋਸ਼ੀਆਂ ਨੂੰ ਬਚਾਇਆ, ਉਹਨਾਂ ਦੇ ਨਾਲ ਸਟੇਜ ਸਾਂਝੀ ਨਹੀਂ ਕਰਨੀ, ਕਿਉਂਕਿ ਇਹ ਮੇਨ ਮੁੱਦਾ ਹੈ ਹੀ ਹੈ। ਕਿਉਂਕਿ ਜਿਹੜੇ ਜਿਨ੍ਹਾਂ ਨੇ ਸਾਡੇ ਪਿਓ ਦੀ ਪੱਗ ਰੋਲੀ, ਜਿਹਨਾਂ ਨੇ ਸਾਡੇ ਪਿਓ ਦੀ ਬੇਅਦਬੀ ਕਰਾਈ, ਅਤੇ ਅਸੀਂ ਆਪਣੇ ਆਪ ਨੂੰ ਕੌਮ ਦੀ ਜਥੇਬੰਦੀ ਹੋਣ ਵਾਲੀ ਅਕਾਲੀ ਦਲ, ਉਹ ਅਕਾਲੀ ਦਲ ਨਹੀਂ ਰਿਹਾ, ਉਹ ਹੁਣ ਸਿਰਫ ਪ੍ਰਾਈਵੇਟ ਕੰਪਨੀ ਹੈ, ਬਾਦਲ ਦਲ ਪ੍ਰਾਈਵੇਟ ਕੰਪਨੀ। ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੁਮਾਇੰਦਾ ਇੱਥੇ ਹੈ ਨਹੀਂ ਜਿਹਨੂੰ ਤੁਸੀਂ ਬਾਦਲ ਦਲ ਕਹਿ ਰਹੇ ਹੋ। ਜਗਤਾਰ ਸਿੰਘ, ਸਵਾਲ ਇਹ ਹੈਗਾ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ 'ਤੇ ਕੀ ਉਹਦੇ ਕੋਲ ਇਲਜ਼ਾਮ ਨਹੀਂ ਲੱਗੇ? ਨਹੀਂ, ਦੇਖੋ ਗੱਲ, ਇਸ ਤੋਂ ਪਹਿਲਾਂ ਨਕੋਦਰ ਕਾਂਡ ਨਹੀਂ ਹੋਇਆ? ਕਿ ਇਸ ਤੋਂ ਪਹਿਲਾਂ ਸਿੱਖੀ ਦੇ ਕਾਂ 'ਤੇ ਮੁੱਦੇ ਨਹੀਂ ਆਏ? ਪਰ ਮੈਂ ਕੇ ਪੀ ਜੀ, ਗੱਲ ਇਹ ਹੈ ਵੀ ਉਹਦੇ ਵਾਸਤੇ ਆਪਾਂ ਪਾਰਟੀ ਨੂੰ ਜ਼ਿੰਮੇਵਾਰ ਨਹੀਂ ਕਹਿ ਸਕਦੇ। ਜਿਨ੍ਹਾਂ ਨੇ ਆਪਣੇ ਸਿਆਸੀ ਹਿੱਤਾਂ ਵਾਸਤੇ ਪਾਰਟੀ ਨੂੰ ਵਰਤਿਆ ਹੈ, ਬਾਦਲ ਦਲ ਨੇ, ਚਾਹੇ ਉਹ ਬਾਦਲ ਸਾਹਿਬ ਨੇ, ਚਾਹੇ ਉਹ ਆਦਿ ਜਿਹੜੇ ਸੁਖਬੀਰ ਜੀ ਨੇ, ਪਰ ਆਪਾਂ ਉਹਦੇ ਵਾਸਤੇ ਆਪਣੀ ਕੌਮ ਨੂੰ ਦਾਅ 'ਤੇ ਨਹੀਂ ਲਾ ਸਕਦੇ। ਇਹਨਾਂ ਨੇ ਤਾਂ ਕੌਮ ਹੀ ਦਾਅ 'ਤੇ ਲਾਤੀ। ਦੇਖੋ ਗੱਲ ਇਹ ਹੈ ਵੀ ਜਦੋਂ ਤੱਕ ਇਹਨਾਂ ਦੇ ਐਲੀਗੇਸ਼ਨ ਲੱਗੇ ਹੋਏ ਨੇ, ਜਦੋਂ ਤੱਕ ਇਹਨਾਂ ਦੇ ਉਹਨਾਂ ਦੇ ਵਿੱਚ ਰਿਪੋਰਟਾਂ ਜਿਹੜੀ ਸਿੱਟ ਨੇ ਨਹੀਂ। ਕੇ ਪੀ ਜੀ, ਗੱਲ ਇਲਜ਼ਾਮ ਅੱਜ ਥੋੜੀ ਲੱਗੇ, ਇਲਜ਼ਾਮ ਤਾਂ ਉਦੋਂ ਲੱਗ ਗਏ ਸੀਗੇ ਜਦੋਂ ਬੇਅਦਬੀ ਹੋਈ ਸੀਗੀ, ਉਦੋਂ ਇਲਜ਼ਾਮ ਲੱਗ ਗਏ ਸੀ। ਉਦੋਂ ਤੁਸੀਂ ਕਿਉਂ ਨਾਲ ਤੁਰੇ ਫਿਰਦੇ ਰਹੇ? ਸਾਨੂੰ ਉਦੋਂ ਤੁਸੀਂ ਕਿਉਂ ਨਾਲ ਤੁਰੇ ਫਿਰਦੇ ਰਹੇ? ਮੈਂ ਦੱਸਦਾ ਕਿ ਜੀ, ਮੈਂ ਜਵਾਬ ਦਿੰਦਾ ਤੁਹਾਨੂੰ, ਜਵਾਬ ਦਿੰਦਾ, ਸੁਣੋ। ਗੱਲ ਇਹ ਹੈ ਵੀ ਜਦੋਂ ਇਹਨਾਂ 'ਤੇ ਇਲਜ਼ਾਮ ਲੱਗੇ, ਠੀਕ ਹੈ, ਚਲੋ ਸਿੱਟ ਨੇ ਇਹਨਾਂ ਨੂੰ ਬੁਲਾਇਆ, ਪਰ ਜਦੋਂ ਇਹ ਸਿੱਟ ਤੋਂ ਬਿਲਕੁਲ ਲਾਭੇ ਹੋ ਗਏ, ਇਹਨਾਂ ਨੇ ਕਿਹਾ ਵੀ ਅਸੀਂ ਜੀ ਸਿੱਟ ਦਾ ਨਾ ਤਾਂ ਇਨਵੈਸਟੀਗੇਸ਼ਨ ਦੇ ਅੱਗੇ ਪੇਸ਼ ਹੋਣਾ ਹੈ। ਹੈ ਨਹੀਂ ਜਵਾਬ ਤੁਹਾਡੇ? ਨਹੀਂ ਨਹੀਂ ਨਹੀਂ, ਹੈ ਨਹੀਂ ਜਵਾਬ ਨਾ, ਮੈਂ ਕਹਿ ਰਿਹਾ ਨਹੀਂ ਜਵਾਬ ਹੈਗਾ ਤੁਹਾਡੇ ਕੋਲ, ਜੇ ਜਵਾਬ ਹੈਗਾ ਤਾਂ ਦੇ ਦਿਓ, ਤੁਸੀਂ ਜਵਾਬ ਹੀ ਨਹੀਂ ਦੇ ਸਕੇ ਹਜੇ ਤੱਕ। ਇੱਕ ਛੋਟਾ ਜਿਹਾ ਵਕਫਾ ਲਵਾਂਗੇ, ਵਕਫੇ ਤੋਂ ਵਾਪਸ ਆਵਾਂਗੇ ਗੁਰਪੁਰਬ ਅਤੇ ਸਿਆਸੀ ਗੰਡਾ, ਕਿਉਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਂਝੀਵਾਲਤਾ ਦਾ ਸੁਨੇਹਾ ਜਿਹੜਾ ਉਹ ਇਸ ਮੰਚ ਦੇ ਜ਼ਰੀਏ ਵੱਧ ਤੋਂ ਵੱਧ ਪਹੁੰਚਾਇਆ ਜਾਵੇ। ਹਾਲਾਂਕਿ ਜਦੋਂ ਤੀਕਰ ਇਹ ਸਮਾਗਮ ਮਨਾਏ ਜਾਣੇ ਹੈਗੇ ਆ, ਉਸ ਤੋਂ ਪਹਿਲਾਂ ਹੋਰ ਬੜੀਆਂ ਸਿਆਸਤਾਂ ਹੋਣੀਆਂ ਅਤੇ ਸਾਨੂੰ ਉਹਨਾਂ 'ਤੇ ਵੀ ਚਰਚਾ ਕਰਨੀ ਪਵੇਗੀ। ਇਹ ਚਰਚਾ ਅਸੀਂ ਛੱਡ ਨਹੀਂ ਸਕਦੇ, ਬ੍ਰੇਕ ਤੋਂ ਵਾਪਸ ਆ ਰਹੇ ਹਾਂ। ਫਿਰ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ, ਚਰਚਾ ਦੇ ਵਿੱਚ ਧਾਰਮਿਕ ਸਮਾਗਮਾਂ 'ਤੇ ਸਾਂਝ ਦਾ ਸੁਨੇਹਾ ਕਿਹੜੀ ਸਿਆਸਤ ਵਿੱਚ ਉਲਝਿਆ? ਗੁਰਨਾਮ ਸਿੰਘ ਸਿੱਧੂ ਸਾਹਿਬ, ਤੁਸੀਂ ਫੈਸਲਾ ਕਰ ਲਿਆ ਕਿ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਹਿ ਰਿਹਾ, ਯੂਨਾਈਟਡ ਅਕਾਲੀ ਦਲ ਵੀ ਉਸੇ ਰਾਹ 'ਤੇ ਤੁਰ ਪਵੇਗਾ? ਵੇਖੋ, ਗੁਰੂ ਨਾਨਕ ਪਾਤਸ਼ਾਹ ਦੇ ਅਤੇ ਦਸਾਂ ਜੋਤਾਂ ਦੇ ਸਿੱਖ ਕੌਮ ਕਰਜਾਈ ਹੈ, ਸਾਡੇ ਲਈ ਬਹੁਤ ਪਰਉਪਕਾਰ ਕੀਤੇ ਆ ਔਰ ਬਹੁਤ ਵੱਡੇ ਵੱਡੇ ਕਾਰਜ ਕੀਤੇ ਆ, ਉਹਨਾਂ ਲਈ ਅਸੀਂ ਸਭ ਕੁਛ ਕਰਨ ਨੂੰ ਤਿਆਰ ਹਾਂ। ਪਰ ਜਿਹੜੇ ਉਹਨਾਂ ਦੇ ਦੁਖੀ ਹੈ, ਸਾਡੇ ਗੁਰੂ ਸਾਹਿਬ ਦਾ ਦਸਮ ਪਾਤਸ਼ਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਹੈ, ਸਾਡੇ ਅਕਾਲੀ ਦਲ ਦਾ ਰਾਜ ਹੋਵੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਔਰ ਫਿਰ ਅੱਗੋਂ ਚੈਲੇਂਜ ਹੋਵੇ, ਉਹ ਬੰਦਿਆਂ ਨਾਲ ਅਸੀਂ ਨਹੀਂ ਚੱਲ ਸਕਦੇ। ਨੰਬਰ 2, ਝੂਠੇ ਸੌਦੇ ਸਾਧ ਵਾਲੇ ਬੰਦੇ ਫੜੇ ਗਏ, ਉਹਨਾਂ ਨੇ ਬਿਆਨ ਦੇਤੇ, ਸਭ ਕੁਝ ਦੇਤੇ ਵੀ ਪੈਸੇ ਉੱਥੋਂ ਆਉਂਦੇ ਰਹੇ ਆ, ਸਰਸੇ ਤੋਂ, ਉੱਥੋਂ ਅਸੀਂ ਕਰਦੇ ਸੀ, ਅਤੇ ਜਿਹੜੀ ਕਾਂਗਰਸ ਸਰਕਾਰ ਹੈ ਉਹਨਾਂ ਨੂੰ ਬਿਆਨ ਨਾ ਦਵਾ ਸਕੇ, ਫੜ ਨਾ ਸਕੇ, ਇਹ ਨੰਗੀਆਂ ਨਾ ਕਰ ਸਕਣੇ, ਦੋਵੇਂ ਦਹਿਲਾ ਇੱਕੋ ਹੀ ਇਕੱਠੇ ਹੈ। ਅਸੀਂ ਸੰਤ ਸਮਾਜ ਨਾਲ ਰਲ ਕੇ, ਸੁਹਿਰਦ ਬੰਦਿਆਂ ਨਾਲ ਰਲ ਕੇ, ਸਾਰੇ ਇਕੱਠੇ ਹੋ ਕੇ ਗੁਰੂ ਪਾਤਸ਼ਾਹ ਦੇ ਕਰਜਾਈ ਮਿਲ ਕੇ ਆਇਆ ਉੱਥੇ ਜਾ ਕੇ। ਹਾਂਜੀ, ਸੰਤ ਸਮਾਜ ਤਾਂ ਮਿਲ ਕੇ ਆਇਆ ਉੱਥੇ ਜਾ ਕੇ। ਕਿਹਨੂੰ ਮਿਲ ਕੇ ਆਇਆ? ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ। ਚੰਗਾ ਹੋਇਆ ਮਿਲਿਆ, ਮਿਲਣਾ ਤਾਂ ਕੋਈ ਪਾਪ ਨਹੀਂ ਗਾ। ਹਰਨਾਮ ਸਿੰਘ ਖਾਲਸਾ ਉੱਥੇ ਜਾ ਕੇ ਆਏ ਆ, ਇੱਕ ਮੰਚ 'ਤੇ ਇਕੱਠੇ ਹੋਣ ਦੀ ਅਪੀਲ ਕਰਦੇ ਆ। ਮੈਂ ਕਿਹਾ ਤੁਸੀਂ ਹਰਨਾਮ ਸਿੰਘ ਖਾਲਸਾ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ? ਮਿਲਣਾ ਕੋਈ ਪਾਪ ਨਹੀਂ ਹੈ। ਦੰਦੋ ਵੀ ਟਕਸਾਲ ਨੂੰ ਮੰਨਦੇ ਕਿ ਨਹੀਂ ਮੰਨਦੇ? ਗੁਰਨਾਮ ਸਿੰਘ ਟਕਸਾਲ ਨੂੰ ਮੰਨਦੇ ਆ ਜੀ, ਕਿਉਂ ਨਹੀਂ ਮੰਨਦੇ? ਟਕਸਾਲ ਨੂੰ ਮੰਨਦੇ ਹੋ ਨਾ ਤੁਸੀਂ? ਟਕਸਾਲ ਨੂੰ ਮੰਨਦੇ ਹੋ ਨਾ ਤੁਸੀਂ? ਦੋ ਰਾਹ ਵੱਖ ਵੱਖ ਕਿਉਂ ਆ ਤੁਹਾਡੇ? ਵੱਖ ਵੱਖ ਕੋਈ ਰਾਹ ਨਹੀਂ ਹੈ।
ਨਹੀਂ ਜੇ ਟਕਸਾਲ ਨੂੰ ਮੰਨਦੇ ਫਿਰ ਟਕਸਾਲ ਵੀ ਇੱਧਰ ਆ ਸਕਦੀ ਹੈ, ਅਸੀਂ ਮੰਨਦੇ ਤਾਂ ਉਹ ਵੀ ਮੰਨ ਸਕਦੇ ਹੈ। ਨਹੀਂ ਟਕਸਾਲ ਕਹਿ ਰਹੀ ਹੈਗੀ ਆ ਉੱਥੇ ਜਾ ਕੇ ਅਪੀਲ ਕਰ ਰਹੀ ਹੈਗੀ ਇੱਕ ਮੰਚ ਤੇ ਸਮਾਗਮ ਹੋਣ ਸਾਰੇ। ਉਹ ਹਰ ਇੱਕ ਦਾ ਫਰਜ਼ ਹੈ, ਅਕਾਲ ਤਖ਼ਤ ਸਾਹਿਬ ਨੂੰ ਕਹਿਣਾ ਹਰ ਇੱਕ ਦਾ ਫਰਜ਼ ਹੈ, ਸਾਡਾ ਵੀ ਫਰਜ਼ ਹੈ, ਉਹਨਾਂ ਦਾ ਵੀ ਫਰਜ਼ ਹੈ। ਤੁਸੀਂ ਕਿਹਦੀ ਮੰਨੋਗੇ ਫਿਰ, ਟਕਸਾਲ ਦੀ ਮੰਨੋਗੇ ਸ਼੍ਰੀ ਅਕਾਲ ਤਖ਼ਤ ਸਾਹਿਬ? ਨਹੀਂ ਅਸੀਂ ਗੁਰਮਤਾ ਕਰਾਂਗੇ ਆਪ, ਗੁਰਮਤਾ ਤੁਸੀਂ ਕਰ ਸਕਦੇ ਹੋ, ਮਹਾਰਾਜ ਨੇ ਸਭ ਕੁਝ ਦਿੱਤਾ ਹੈ, ਕੋਈ ਇਹਦਾ ਨਹੀਂ ਵੀ ਜੋ ਇੱਕ ਥੱਲੇ ਉੱਥੇ ਲੱਗਣਾ ਜਿੱਥੇ ਤੁਸੀਂ ਸਮਝਾਓ। ਤੁਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਜਾਂ ਅਕਾਲੀ ਦਲ ਨਾਲ ਰਲ ਕੇ ਮਨਾਉਣਾ ਹੈਗਾ? ਗੁਰੂ ਨਾਨਕ ਪਾਤਸ਼ਾਹ ਦਾ ਮਨਾਉਣਾ ਸੀ, ਗੁਰੂ ਨਾਨਕ ਪਾਤਸ਼ਾਹ ਦਾ ਮਨਾਉਣਾ ਨਾ। ਹਾਂਜੀ, ਤੇ ਫਿਰ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਨੂੰ ਵੀ ਦਰਕਰਾਰ ਕਰਦੇ ਪਏ ਹੋ? ਦਰਕਰਾਰ ਨਹੀਂ ਕਰਦੇ ਪਏ, ਬਿਲਕੁਲ ਨਹੀਂ ਕਰਦੇ ਪਏ। ਜਿਹੜੇ ਤੁਹਾਡੇ ਸਾਹਮਣੇ ਜੋ ਕੁਛ ਕਾਤਲ ਹੈ ਗੁਰੂ ਘਰ ਦੇ ਔਰ ਸਿੱਖਾਂ ਦੇ ਕਾਤਲ ਹੈ, ਉਹਨਾਂ ਦੇ ਥੱਲੇ ਲਾਉਣਾ ਚਾਹੁੰਦੇ ਸਾਨੂੰ ਤੁਸੀਂ? ਫਿਰ ਕੌਮ ਸੇਧ ਕੀ ਆਊਗੀ? ਇਹ ਜ਼ਮੀਰ ਹੀ ਮਰ ਗਈ ਇਹਨਾਂ ਦੀ ਖਾਲਸਾ, ਇਹ ਕਦੇ ਇਸ ਤਰ੍ਹਾਂ ਨਹੀਂ ਹੋਇਆ ਖਾਲਸੇ 'ਚ। ਮਾਲੀ ਸਾਹਿਬ, ਅਸੀਂ ਮਰੀ ਜ਼ਮੀਰ ਵਾਲੇ ਨਹੀਂ ਹੈ। ਠੀਕ ਹੈ ਮਾਲੀ ਸਾਹਿਬ, ਇਹ ਜ਼ਮੀਰ ਦਾ ਸਵਾਲ ਚੱਕ ਲਿਆ ਹੁਣ ਵਿੱਚ ਸਿੱਧੂ ਸਾਹਿਬ। ਜ਼ਮੀਰ ਜਦੋਂ ਅਸੀਂ ਸਮਾਗਮ ਮਨਾਉਂਦੇ ਹਾਂ, ਧਾਰਮਿਕ ਸਮਾਗਮ ਕਰਦੇ ਹੈਗੇ ਹਾਂ, ਉਦੋਂ ਜ਼ਮੀਰਾਂ ਅੱਗੇ ਰੱਖਣੀਆਂ ਚਾਹੀਦੀਆਂ ਜਾਂ ਜਿਹੜੀਆਂ ਜੰਜੀਰਾਂ ਹੈਗੀਆਂ ਸਿਆਸਤ ਦੀਆਂ ਉਹਨਾਂ ਨੂੰ ਪਾਸੇ ਕਰਨਾ ਚਾਹੀਦਾ? ਦੇਖੋ, ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਨਾ ਜੀ, ਜਦੋਂ ਅਸੀਂ ਗੁਰੂ ਸਾਹਿਬ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ, ਇਤਿਹਾਸਕ ਤੌਰ 'ਤੇ ਮਨਾ ਰਹੇ ਹਾਂ, ਤਾਂ ਉਹਨੂੰ ਮਨਾਉਣ ਦਾ ਜਿਹੜਾ ਸਾਡਾ ਆਧਾਰ ਆ, ਗੁਰੂ ਸਾਹਿਬਾਨ ਦਾ ਸੰਦੇਸ਼ ਚਾਹੀਦਾ। ਉਸ ਸੰਦੇਸ਼ ਦੇ ਅਨੁਸਾਰ ਸਾਨੂੰ ਆਪਦੇ ਕਾਰਜ ਸਾਹਮਣੇ ਲਿਆਉਣੇ, ਉਹਨਾਂ ਨੂੰ ਪੂਰੇ ਕਰਨ ਦੀ ਗੱਲ ਕਰਨੀ ਚਾਹੀਦੀ ਆ। ਇਹ ਜਿਹੜੀ ਲੜਾਈ ਆ ਸਿਆਸੀ, ਇੱਕ ਵੱਖਰੇ ਖੇਤਰ ਦੀ ਲੜਾਈ ਆ ਜਿਹੜੀ ਚੱਲ ਰਹੀ ਆ। ਇਹਨਾਂ ਦੇ ਵਿੱਚ ਬਹੁਤ ਇਕੱਠੇ ਵੀ ਰਹੇ ਨੇ, ਅੱਡ ਵੀ ਹੋਏ ਨੇ, ਮੁੜ ਕੇ ਵੀ ਇਕੱਠੇ ਹੋ ਜਾਣਗੇ। ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਆ ਜੀ, ਚਲੋ ਮੈਂ ਜੇ ਸੰਖੇਪ 'ਚ ਗੱਲ ਕਰਨੀ ਹੋਵੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਸਮੁੱਚੀ ਲੋਕਾਈ ਨੂੰ ਸੰਦੇਸ਼ ਆ। ਅੱਜ ਜਿਹੜੀ ਪੌਣਾ ਉਹ ਜ਼ਹਿਰੀਲੀ ਕਿਉਂ ਹੋ ਗਈ, ਸਾਹ ਲੈਣ ਵਾਲੀ ਕਿਉਂ ਨਹੀਂ ਰਹੀ? ਕੀ ਇਸ ਦੇ ਆਧਾਰ 'ਤੇ ਅੱਜ ਜੋ ਦੁਨੀਆ ਦੁੱਖ ਭੋਗ ਰਹੀ ਹੈ ਪੰਜਾਬ ਆ, ਕੀ ਕੋਈ ਕੁਛ ਕਰਨ ਨੂੰ ਤਿਆਰ ਆ? ਪਾਣੀ ਪਿਤਾ, ਪਾਣੀ ਆ ਜਿਹੜਾ ਉਹ ਵੀ ਜ਼ਹਿਰੀਲਾ ਹੋ ਗਿਆ ਜੀ, ਜਿਹਨੂੰ ਅਸੀਂ ਪਿਤਾ ਕਹਿੰਦੇ ਹਾਂ। ਪੰਜਾਬ 'ਚ ਪਾਣੀ ਦਾ ਸੰਕਟ ਬਹੁਤ ਵੱਡਾ ਆ ਗਿਆ, ਤੁਸੀਂ ਇੱਕ ਦਿਨ ਪਹਿਲਾਂ ਇਹਤੇ ਪ੍ਰੋਗਰਾਮ ਬਹਿਸ ਚਰਚਾ ਵੀ ਕਰਕੇ ਹਟੇ ਹੋ, ਹੈ ਜੀ, ਇਸ ਮਸਲੇ ਬਾਰੇ ਕੋਈ ਸੋਚਣ ਨੂੰ ਤਿਆਰ ਨਹੀਂ। ਪਾਣੀ ਨੂੰ ਬਚਾਉਣਾ ਵੀ ਕਿਵੇਂ ਆ ਅਤੇ ਗੰਧਲਾ ਕਰਨ ਤੋਂ ਵੀ ਕਿਵੇਂ ਬਚਣਾ, ਕੀ ਇਹਦੇ ਖਾਤਰ ਕੋਈ ਸਟੈਪ ਲੈਣ ਨੂੰ ਤਿਆਰ ਆ? ਜ਼ਹਿਰ ਰੋੜਿਆ ਜਾ ਰਿਹਾ, ਸ਼ਹਿਰਾਂ 'ਚੋਂ ਗੰਦਗੀ ਰੋੜੀ ਜਾ ਰਹੀ ਆ। ਉਸ ਤੋਂ ਬਾਅਦ ਮਾਤਾ ਧਰਤ ਮਹੱਤ, ਜਦੋਂ ਅਸੀਂ ਕਹਿੰਦੇ ਹਾਂ ਧਰਤੀ ਆ ਜਿਹੜੀ ਸਾਡੀ, ਉਹ ਬਿਲਕੁਲ ਕੰਗਲੀ ਹੋ ਗਈ, ਜ਼ਹਿਰੀਲੀ ਹੋ ਗਈ, ਉਹਦੀ ਉਤਪਾਦਨ ਸ਼ਕਤੀ ਖਤਮ ਹੋ ਗਈ। ਉਹ ਐਡੇ ਅਮਲ 'ਤੇ ਲੱਗ ਗਈ ਰੇਹਾਂ ਸਪਰੇਆਂ ਦੇ ਕਿ ਆਪਣੇ ਤੌਰ 'ਤੇ ਉਹ ਕੋਈ ਫਸਲ ਉਗਾਉਣ ਦੇ ਸਮਰੱਥੇ ਨਹੀਂ ਰਹੀ। ਕੀ ਇਹਦੀ ਖਾਤਰ ਸਰਕਾਰ ਜਾਂ ਦੂਜੀਆਂ ਜਥੇਬੰਦੀਆਂ ਕੀ ਨਿਯਮ ਜਾਂ ਕਾਨੂੰਨ ਜਾਂ ਕੀ ਸਟੈਪ ਲੈਣੇ ਚਾਹੀਦੇ ਨੇ, ਇਹ ਸੋਚਣ ਨੂੰ ਤਿਆਰ ਆ? ਬਾਬਾ ਨਾਨਕ ਨੇ ਕਿਹਾ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਵਣ ਬੈਠੇ ਸੁੱਤੇ, ਹਾਕਮ ਬੋਲੇ ਹੋਏ ਹੋਏ ਨੇ, ਲੋਕਾਂ ਦੀ ਆਵਾਜ਼ ਨਹੀਂ ਸੁਣਦੇ, ਲੋਕਾਂ ਦੀ ਦੁੱਖ ਨਹੀਂ ਸੁਣ ਰਹੇ। ਕੀ ਅੱਜ ਜੋ ਪ੍ਰਬੰਧ ਆ ਸਾਡੇ, ਹਕੂਮਤੀ ਪ੍ਰਬੰਧ ਆ, ਜਾਂ ਹਕੂਮਤ ਵੱਲੋਂ ਜਾਂ ਪਾਰਟੀਆਂ ਵੱਲੋਂ, ਪਾਰਟੀਆਂ 'ਚ ਵੀ ਹੋਇਆ ਪਰਿਵਾਰਵਾਦ ਭਾਰੂ ਹੋਇਆ ਬੈਠਾ ਨਾ ਜੀ, ਕੀ ਆਮ ਲੋਕਾਂ ਦੀ ਆਵਾਜ਼ ਸੁਣਵਾਈ ਦੇਣ ਲਈ, ਉਹਨਾਂ ਦੇ ਦੁੱਖ ਦਰ ਲਈ ਕੋਈ ਤਬਦੀਲੀ ਜਾਂ ਨਵੀਂ ਚੀਜ਼ ਦੀ ਲੋੜ ਕੀਤੀ ਜਾ ਰਹੀ ਹੈ? ਮਾਲੀ ਸਾਹਿਬ, ਸਵਾਲ ਇਹ ਹੈਗਾ, ਕਾਂਗਰਸ ਅਤੇ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਇਹਨਾਂ ਤੋਂ ਇਲਾਵਾ ਜਿਹੜੀਆਂ ਇਹ ਧਿਰਾਂ ਹੈਗੀਆਂ, ਇਹਨਾਂ ਦੀ ਆਵਾਜ਼ ਸੁਣੀ ਜਾਊਗੀ ਜਿਹੜੀ ਆਵਾਜ਼ ਚੱਕਦੀਆਂ ਪਈਆਂ? ਨਹੀਂ, ਆਵਾਜ਼ ਸੁਣੀ ਨਹੀਂ ਜਾਣੀ ਜੀ। ਉਹਦੇ ਦੋ ਕਾਰਨ ਨੇ, ਇੱਕ ਤਾਂ ਕਾਰਨ ਇਹ ਆ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਨਾ ਜੀ, ਉਹ ਅੱਜ ਇੱਕ ਸਿਆਸੀ ਧਿਰ ਦੇ ਕੰਟਰੋਲ ਹੇਠਾਂ। ਇਹ ਇੱਕ ਵੱਖਰਾ ਮਸਲਾ ਵੀ ਜਦੋਂ ਤੱਕ ਤੁਸੀਂ ਸਿੱਖ ਸੰਸਥਾਵਾਂ ਨੂੰ ਨਾ ਜੀ ਸਿਆਸੀ ਜਾਕੜ ਪੰਜੇ ਤੋਂ ਆਜ਼ਾਦ ਨਹੀਂ ਕਰਦੇ, ਉਦੋਂ ਤੱਕ ਉਹ ਗੁਰੂ ਦੇ ਸਿਧਾਂਤ ਨੂੰ, ਉਹਦੇ ਅਨੁਸਾਰ ਉਹਨੂੰ ਪ੍ਰਚਾਰਨ, ਉਹਦੇ ਅਨੁਸਾਰ ਕੰਮ ਨਿਯੰਤਰਣ, ਉਹਦੇ ਅਨੁਸਾਰ ਲੋਕਾਈ ਦੀ ਮਦਦ ਕਰਨ ਦੇ ਰਾਹ ਨਹੀਂ ਪੈ ਸਕਦੀਆਂ। ਹੁਣ ਇਹ ਜਿਹੜੇ ਸੱਜਣ ਬੈਠੇ ਨੇ, ਇਹ ਉਹਨੂੰ ਸਿਆਸੀ ਪੰਜੇ ਤੋਂ ਮੁਕਤ ਕਰਨ ਦਾ ਏਜੰਡਾ ਨਹੀਂ ਲੈ ਕੇ, ਇਹ ਬਾਦਲ ਨੂੰ ਲਾਉਣ ਦਾ ਏਜੰਡਾ ਤਾਂ ਲੈ ਰਹੇ ਨੇ। ਕਿਉਂਕਿ ਇਹ ਕਿਉਂ ਹੋ ਰਿਹਾ ਵੀ ਸ਼੍ਰੋਮਣੀ ਕਮੇਟੀ ਆ ਜਿਹੜੀ ਇੱਕ ਦਲ ਦੀ ਦੁਮਸ਼ੱਲਾ ਕਿਉਂ ਬਣ ਰਹੀ ਆ? ਕਿੰਨੇ ਸਮੇਂ ਤੋਂ ਬਣ ਰਹੀ ਆ? ਤੁਹਾਡੇ ਜਵਾਬ ਨੂੰ ਮੈਂ ਇਸ ਤਰੀਕੇ ਨਾਲ ਸਮਝਾਂ ਕਿ ਸਿਆਸਤ ਤੋਂ ਮੁਕਤ ਇਸ ਲਈ ਨਹੀਂ ਕਰਵਾਉਣਾ ਚਾਹੁੰਦੇ ਕਿਉਂਕਿ ਸਿਆਸਤ ਇਹ ਵੀ ਕਰਨਾ ਚਾਹੁੰਦੇ ਸ਼੍ਰੋਮਣੀ ਕਮੇਟੀ? ਹਾਂ, ਸ਼੍ਰੋਮਣੀ ਕਮੇਟੀ ਨੂੰ ਆਪਣੀ ਸਿਆਸਤ ਲਈ ਜੋ ਵੀ ਆ ਉਹ ਸਹੀ ਵੀ ਹੋ ਸਕਦੀ ਆ, ਗਲਤ ਵੀ ਹੋ ਸਕਦੀ ਆ, ਉਹਨੂੰ ਵਰਤਣ ਦੀ ਜਿਹੜੀ ਪਾਲਿਸੀ ਆ ਉਹੀ ਚੱਲ ਰਹੀ ਆ। ਅੱਜ ਦੇਖੋ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤ, ਅਕਾਲ ਤਖ਼ਤ ਸਾਹਿਬ ਬਾਰੇ ਵੀ ਬਹੁਤ ਮਤਭੇਦ ਨੇ ਸਿੱਖਾਂ 'ਚ, ਕੋਈ ਉਹਨਾਂ ਨੂੰ ਨਹੀਂ ਮੰਨਦੇ, ਉਹਨਾਂ ਨੇ ਅੱਡ ਮਤਵਾਦਲਾ ਕੰਮ ਖੜਾ ਕੀਤਾ ਹੋਇਆ, ਪਰ ਇਹ ਤੈਅ ਹੋਇਆ ਵੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਆ ਜਿਹੜੀ ਇਹ ਪ੍ਰੋਗਰਾਮ ਰਲ ਕੇ ਤੈਅ ਕਰੂ, ਉਹਨਾਂ ਨੇ ਇੱਕ ਸਿਸਟਮ ਬਣਾਇਆ। ਪਰ ਉਹੀ ਸ਼੍ਰੋਮਣੀ ਕਮੇਟੀ ਮੁੜ ਕੇ ਅਕਾਲੀ ਦਲ ਨਾਲ ਮੋਦੀ ਦੇ ਦਰਬਾਰ 'ਚ ਹਾਜ਼ਰ ਹੋ ਗਈ ਵੀ ਤੁਸੀਂ ਸਾਡੇ ਪ੍ਰੋਗਰਾਮ ਉਹਨਾਂ ਵੀ ਸਿਆਸਤ ਹੋ ਰਹੀ ਆ, ਉਹਨਾਂ ਵੀ ਸਿਆਸਤ। ਸੋ ਇਸ ਕਰਕੇ ਜਦੋਂ ਤੁਸੀਂ ਇਹ ਜਿਹੜਾ ਸਿਆਸੀ ਪ੍ਰਬੰਧ, ਧਾਰਮਿਕ ਪ੍ਰਬੰਧ ਆ, ਉਹਨੂੰ ਗੁਰੂਆਂ ਦੇ ਸੰਦੇਸ਼ ਨੂੰ ਸਮਰਪਿਤ ਹੋਣ ਦੀ ਥਾਂ ਕਿਸੇ ਬੰਦੇ ਜਾਂ ਕਿਸੇ ਸਿਆਸਤ ਨੂੰ ਸਮਰਪਿਤ ਕਰੋਗੇ,
ਤਾਂ ਇਹ ਪੰਗੇ ਪੈਣਗੇ ਪੈਣਗੇ ਪੰਗੇ ਪੈਣਗੇ। ਜਗਤਾਰ ਸਿੰਘ ਜੀ, ਤੁਸੀਂ ਇਹਨਾਂ ਸਮਾਗਮਾਂ ਜ਼ਰੀਏ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਰਾਹ ਦੇਖ ਰਹੇ ਹੋ? ਬਿਲਕੁਲ ਜੀ, ਅਸੀਂ ਕੱਲ੍ਹ ਵੀ ਸਾਡੀ ਪਾਰਟੀ ਦੀ ਮੀਟਿੰਗ ਸੀਗੀ, ਅਸੀਂ ਕੱਲ੍ਹ ਵੀ ਹੁਣ ਹੋਮ ਮਿਨਿਸਟਰ ਤੋਂ ਟਾਈਮ ਲੈ ਰਹੇ ਹਾਂ ਕਿਉਂਕਿ 2011 ਦੀਆਂ ਇਲੈਕਸ਼ਨਾਂ ਹੋਈਆਂ ਨੇ ਸ਼੍ਰੋਮਣੀ ਕਮੇਟੀ ਦੀਆਂ, ਅਤੇ ਸਿਰਫ ਇਹਨਾਂ ਨੇ ਬਾਦਲ ਦਲ ਨੇ ਇਹ ਚੋਣਾਂ ਨੂੰ ਮਤਲਬ ਲੰਬਾ ਪਾ ਕੇ ਸੈਂਟਰ ਸਰਕਾਰ ਦੇ ਥਰੂ ਕਾਫੀ ਟਾਈਮ ਇਹਨਾਂ ਨੇ ਇੱਦਾਂ ਟਪਾਇਆ, ਕਿਉਂਕਿ ਮਲਿਕ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਸਿਆਸਤ ਦੀ, ਸਿਆਸਤ ਅਸੀਂ ਨਹੀਂ ਕਰ ਰਹੇ, ਸਿਆਸਤ ਅਕਾਲੀ ਦਲ ਬਾਦਲ ਕਰ ਰਿਹਾ। ਕਿਉਂਕਿ ਦੇਖੋ ਗੱਲ ਇਹ ਹੈ ਵੀ ਦੋ ਉੱਥੇ ਸੈਂਟਰ ਦੇ ਵਿੱਚ ਇਹਨਾਂ ਦੇ ਐਮ ਪੀ ਨੇ ਸੁਖਵੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ। ਹੁਣ ਬਜਟ ਆਇਆ ਅਤੇ ਬਜਟ ਦੇ ਵਿੱਚ ਵੀ ਇਹਨਾਂ ਨੇ 550 ਸਾਲਾਂ ਵਾਸਤੇ ਕੁਛ ਨਹੀਂ ਰੱਖਿਆ। ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ, ਜਦੋਂ ਤੁਸੀਂ ਕੁੰਭ ਵਰਗੇ ਮੇਲਿਆਂ ਦਾ ਬਜਟ ਰੱਖ ਸਕਦੇ ਹੋ ਤਾਂ ਤੁਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਆ ਰਹੀ ਹੈ 550 ਸਾਲਾਂ, ਅਤੇ ਉਹਦੇ ਵਾਸਤੇ ਵੀ ਕੇਂਦਰ ਸਰਕਾਰ ਤੁਸੀਂ ਇਹ ਕਿਉਂ ਨਹੀਂ ਕਿਹਾ ਫਿਰ ਅਸੀਂ ਮੋਦੀ ਸਾਹਿਬ ਨਾਲ ਸਟੇਜ ਨਹੀਂ ਸਾਂਝੀ ਕਰਨੀ? ਤੁਸੀਂ ਇਹ ਕਿਉਂ ਨਹੀਂ ਕਿਹਾ ਫਿਰ? ਤੁਸੀਂ ਇਕੱਲਾ ਅਕਾਲੀ ਦਲ ਦਾ ਜ਼ਿਕਰ ਕਿਉਂ ਕਰਦੇ ਪਏ ਹੋ? ਨਹੀਂ ਅਸੀਂ ਇਹ ਕਿਉਂ ਨਹੀਂ ਕਹਿੰਦੇ ਮੋਦੀ ਸਾਹਿਬ ਨਾਲ ਸਟੇਜ ਸਾਂਝੀ? ਮੋਦੀ ਸਾਹਿਬ ਨੂੰ ਸੱਦਾ ਨਾ ਉੱਥੇ, ਮੋਦੀ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਪਏ ਫਿਰ? ਦੇਖੋ ਇਹ ਜਦੋਂ ਇਹ ਉਹਨਾਂ ਦਾ ਹਿੱਸਾ ਨੇ, ਮੋਦੀ ਸਾਹਿਬ ਦੀ ਸਰਕਾਰ ਦਾ ਹਿੱਸਾ ਨੇ ਇਹ, ਤੇ ਫਿਰ ਅਸੀਂ ਮਤਲਬ ਉਹਨਾਂ ਨਾਲ ਸਟੇਜ ਇੱਕੋ ਗੱਲ ਹੈ? ਉੱਥੇ ਤੁਸੀਂ ਮਿਲਣ ਜਾ ਰਹੇ ਹੋ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਕੇ? ਨਹੀਂ, ਅਸੀਂ ਸਿਰਫ ਆਪਣੇ ਹੱਕ ਵਾਸਤੇ, ਆਪਣੇ ਹੱਕ ਵਾਸਤੇ ਜਾ ਰਹੇ ਹਾਂ। ਨਹੀਂ ਹੱਕ ਵਾਸਤੇ, ਕੌਮ ਦੇ ਹੱਕ ਵਾਸਤੇ ਸਾਨੂੰ ਪ੍ਰਧਾਨਗੀ ਨਹੀਂ ਮਿਲੀ, ਇਹ ਦੁੱਖ ਹੈ ਕਿ ਬ੍ਰਹਮਪੁਰਾ ਸਾਹਿਬ ਨੂੰ, ਬ੍ਰਹਮਪੁਰਾ ਸਾਹਿਬ ਨੂੰ ਮਿਨਿਸਟਰਸ਼ਿਪ ਨਹੀਂ ਮਿਲੀ, ਇਹ ਦੁੱਖ ਹੈ। ਇਹਦਾ ਕੋਈ ਦੁੱਖ ਨਹੀਂ, ਗੱਲ ਇਹ ਹੈ ਵੀ ਸਾਡੀ ਕੌਮ ਨੂੰ ਇਹਨਾਂ ਨੇ ਸਿੱਕੇ ਤੇ ਟੰਗਤਾ, ਕੌਮ ਨੂੰ ਬਚਾਉਣ ਦੀ ਜ਼ਰੂਰਤ ਹੈ। ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਤੋਂ ਤੁਹਾਨੂੰ ਚੀਜ਼ਾਂ ਪ੍ਰਾਪਤ ਹੁੰਦੀਆਂ, ਉਦੋਂ ਸ਼੍ਰੋਮਣੀ ਅਕਾਲੀ ਦਲ ਚੰਗਾ ਸੀਗਾ, ਗੱਲ ਇਹ ਹੈ ਨਹੀਂ ਮਿਲੀਆਂ, ਲੱਗ ਹੋ ਗਏ ਸਾਰਾ ਕੁਝ। ਖਰਾਬ ਕੇਪੀਜੀ ਜੋ ਪਾਰਟੀ ਦਾ ਹੈੱਡ ਹੁੰਦਾ ਹੈ ਉਹਦੇ ਤੱਕ ਅਸੀਂ ਇਹ ਆਵਾਜ਼ ਪਹੁੰਚਾਈ, ਅਸੀਂ ਕੋਰ ਕਮੇਟੀ ਵਿੱਚ ਵੀ ਉਹਨਾਂ ਨੂੰ ਇਹ ਗੱਲਾਂ ਕੀਤੀਆਂ, ਪਰ ਜਦੋਂ ਹੁਣ ਪਾਰਟੀ ਪ੍ਰਧਾਨ ਨੇ ਆਪਣੀ ਮਨਮਰਜ਼ੀਆਂ ਕਰਨੀਆਂ ਸ਼ੁਰੂ ਕਰਤੀਆਂ, ਬਾਕੀ ਜਗਤਾਰ ਸਿੰਘ ਫੈਸਲਾ ਲੋਕਾਂ ਨੇ ਕਰਨਾ, ਦਰਸ਼ਕਾਂ ਨੇ ਕਰਨਾ, ਸਾਹਮਣੇ ਬੈਠੇ ਬਿਲਕੁਲ ਕਰਨਾ ਹੈ, ਉਹ ਦੇਖ ਰਹੇ ਆ ਕਿ ਤੁਸੀਂ ਨਿੱਜੀ ਹਿੱਤਾਂ ਨੂੰ ਅੱਗੇ ਰੱਖ ਰਹੇ ਹੋ, ਲੋਕਾਂ ਨੇ ਫੈਸਲਾ ਬਾਬੇ ਨਾਨਕ ਦੇ ਫਲਸਫੇ ਨੂੰ ਪਿੱਛੇ ਰੱਖ ਰਹੇ ਹੋ। ਕੇਪੀ ਜੀ ਲੋਕਾਂ ਨੇ ਹੁਣ ਵੀ ਕੀਤਾ ਹੈ, ਆਹ ਇਲੈਕਸ਼ਨ ਦੇ ਵਿੱਚ ਵੀ ਦੋ ਸੀਟਾਂ ਤੇ ਰਹਿ ਗਿਆ, ਤੁਸੀਂ ਦੇਖ ਲਓ ਬਾਦਲ ਦਲ ਦੋ ਸੀਟਾਂ ਤੇ ਰਹਿ ਕੇ ਅੱਜ ਸ਼੍ਰੋਮਣੀ ਕਮੇਟੀ ਇਲੈਕਸ਼ਨ ਹੋ ਗਈ, ਤੁਹਾਡੇ ਕਰਕੇ ਬਾਦਲ ਕੇ ਹਰ ਗਏ, ਸ਼੍ਰੋਮਣੀ ਅਕਾਲੀ ਦਲ ਹਰ ਗਿਆ, ਤੁਹਾਡੇ ਕਰਕੇ ਹਰ ਗਏ। ਕੌਮ ਨੇ ਉਹਨਾਂ ਨੂੰ ਦਿੱਤਾ ਹੈ, ਇਹ ਜਿਹੜਾ ਉਹਨਾਂ ਨੂੰ ਇਹ ਝਟਕਾ ਦਿੱਤਾ ਹੈ, ਕਾਂਗਰਸ ਨਾਲ ਖੜੇ ਹੋ, ਕਾਂਗਰਸ ਨਾਲ ਖੜੇ ਹੋ, ਅਸੀਂ ਕਿਉਂ ਖੜਾਂਗੇ? ਅਜੇ ਫਿਰ ਕਾਂਗਰਸ ਨੂੰ 8 ਸੀਟਾਂ ਦੇ ਦਿੱਤੀਆਂ ਫਿਰ, ਦੇਖੋ ਪੰਜਾਬ ਦੇ ਲੋਕਾਂ ਨੇ ਕਾਂਗਰਸ ਵਾਰਡ ਸੀ, ਤੁਸੀਂ ਕਾਂਗਰਸ ਨਾਲ ਖੜੇ ਹੋ, ਉਹਦੇ ਵਿੱਚ ਵੀ ਇੱਕ ਕਮੀ ਸੀ ਵੀ ਤੀਜਾ ਫਰੰਟ ਸੀ ਬਣਾ ਨਹੀਂ ਸਕੇ, ਇਹਦਾ ਦੁੱਖ ਹੈ ਸਾਨੂੰ, ਪਰ ਅਸੀਂ ਹੁਣ ਇਹ ਸੋਚ ਕੇ ਨਹੀਂ, ਅਸੀਂ ਇਹ ਗੱਲ ਕਹੀ ਹੈ ਵੀ ਅਸੀਂ ਨਾ ਕਾਂਗਰਸ ਨਾਲ, ਕਿਉਂਕਿ ਉਹ 84 ਦੇ ਦੋਖੀ ਨੇ, ਤੇ ਨਾ ਬਾਦਲ ਦਲ ਨਾਲ, ਇਹ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਨੇ, ਇਹਨਾਂ ਨਾਲ ਸਟੇਜ ਸਾਂਝੀ ਨਹੀਂ ਕਰਦੀ। ਬਾਕੀ ਅਸੀਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰ ਰਹੇ ਹਾਂ, 5 ਮੈਂਬਰੀ ਕਮੇਟੀ ਬਣਾਈ ਹੈ ਜਿਸ 'ਚ ਸੇਖਵਾਂ ਸਾਹਿਬ ਵੀ ਨੇ, ਬੱਬੀ ਬਾਦਲ ਜੀ ਵੀ ਨੇ, ਅਤੇ ਵੀਰ ਦਵਿੰਦਰ ਜੀ ਵੀ ਨੇ, ਅਤੇ ਅਜਨਾਲਾ ਸਾਹਿਬ ਨੇ, ਬਡਾਲੀ ਸਾਹਿਬ ਨੇ ਵੀ। ਅਸੀਂ ਇਹ ਕਮੇਟੀ ਜਿਹੜੀਆਂ ਤੀਜੀਆਂ ਪਾਰਟੀਆਂ ਨੇ ਉਹਨਾਂ ਤੱਕ ਅਪਰੋਚ ਕਰੂਗੀ, ਬੇਨਤੀ ਕਰੂਗੀ ਵੀ ਅਸੀਂ ਇੱਕ ਸਾਂਝੇ ਮੰਚ ਤੇ ਗੁਰੂ ਨਾਨਕ ਦੇਵ ਜੀ, ਦਵਿੰਦਰ ਸਾਹਿਬ ਕਾਂਗਰਸ ਹੀ ਨਹੀਂ ਸੀ। ਦੇਖੋ ਗੱਲ ਇਹ ਹੈ, ਜੋ ਤੁਸੀਂ ਆਪ ਹੀ ਕੰਟਰਡਿਕਟ ਕਰ ਰਹੇ ਹੋ ਸਾਰੇ, ਇੱਕ ਛੋਟਾ ਹੋਰ ਵਕਫਾ ਲਵਾਂਗੇ, ਵਕਤ ਤੋਂ ਵਾਪਸ ਆਵਾਂ ਕਿ ਮੈਂ ਕੋਸ਼ਿਸ਼ ਕਰ ਰਿਹਾ ਕਿ ਸਵਾਲ ਹੈ ਜਿਹੜੇ ਉਹ ਸਾਰੇ ਲਿੱਤੇ ਜਾਣ, ਅਤੇ ਕੋਸ਼ਿਸ਼ ਇਹ ਵੀ ਕਰ ਰਿਹਾ ਹੈਗਾ ਕਿ ਸਾਂਝ ਦਾ ਸੁਨੇਹਾ ਜਿਹੜਾ ਪਹੁੰਚਾਇਆ ਜਾਵੇ, ਬ੍ਰੇਕ ਤੋਂ ਵਾਪਸ ਆ ਰਹੇ। ਸਵਾਲ ਇੱਕੋ ਪੁੱਛ ਰਿਹਾ, ਬੜਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਧਾਰਮਿਕ ਸਮਾਗਮਾਂ 'ਤੇ ਸਾਂਝ ਦਾ ਸੁਨੇਹਾ ਕਿਹੜੀ ਸਿਆਸਤ ਵਿੱਚ ਉਲਝਿਆ? ਬਨਾਮ ਸਿੰਘ ਸਿੱਧੂ ਸਾਹਿਬ, ਕੋਈ ਇਹੋ ਜਿਹੀ ਕਮੇਟੀ ਬਣ ਜਾਵੇ ਸਿੱਖ ਵਿਦਵਾਨਾਂ ਦੀ ਜਾਂ ਸਿੱਖ ਜਥੇਬੰਦੀਆਂ ਦੀ, ਕੋਈ ਇਹੋ ਜਿਹੀ ਕਮੇਟੀ ਜਿਹੜੀ ਤੁਹਾਨੂੰ ਸਾਰਿਆਂ ਨੂੰ ਮਨਾ ਸਕੇ, ਫਿਰ ਇੱਕ ਮੰਚ 'ਤੇ ਤੁਸੀਂ ਇਕੱਠੇ ਹੋ ਜਾਓਗੇ? ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ। ਵੇਖੋ, ਹਿੱਤ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਪਾਤਸ਼ਾਹ ਤੋਂ ਕੋਈ ਮਨੁੱਕਰ ਨਹੀਂ ਹੈ, ਔਰ ਜੇ ਇਸ ਹਿੰਦੁਸਤਾਨ ਸਰਕਾਰ 'ਚ ਸਿੱਖਾਂ ਦਾ ਭਲਾ ਨਹੀਂ ਹੋ ਸਕਦਾ, ਨਾ ਹੁਣ ਤੱਕ ਕੀਤਾ, ਸਿੱਖ ਕੌਮ ਦਾ ਦੇਣਾ ਨਹੀਂ ਦੇ ਸਕਦੇ, ਹਿੰਦ ਸਰਕਾਰ ਦੇਣਾ ਨਹੀਂ ਦੇ ਸਕਦੀ ਸਿੱਖ ਕੌਮ ਦਾ, ਹਰ ਪਾਸੇ ਤੋਂ ਢਿੱਡ ਵੀ ਭਰਿਆ ਇਹਨਾਂ ਦਾ, ਰਾਖੀ ਵੀ ਕੀਤੀ ਹੈ, ਕੀ ਹਾਲ ਸੀ, ਇਤਿਹਾਸ ਪੜ੍ਹੇ ਆ ਤੁਸੀਂ, ਕੀ ਹਾਲ ਸੀ ਹਿੰਦੁਸਤਾਨ ਦਾ? 10 ਉੱਧਰੋਂ ਆਉਂਦੇ ਸੀ ਇਕੱਠੇ ਹੋ ਕੇ ਬਦਮਾਸ਼ 'ਚ ਆ ਕੇ ਇੱਥੋਂ ਲੁੱਟ ਮੁੜ ਕੇ ਲੈ ਜਾਂਦੇ ਸੀ, ਮੁੰਡੇ ਕੁੜੀਆਂ ਕੈਦ ਕਰਕੇ ਲੈ ਜਾਂਦੇ ਸੀ, ਇਤਿਹਾਸ ਪੜ੍ਹਿਆ ਹੋਣਾ, ਪੰਡਿਤ ਦਾ ਰਾਜ ਸੀ, ਤੂੰ ਸ਼ਡਿਊਲ ਕਾਸਟ ਆ, ਤੂੰ ਪਾਣੀ ਨਹੀਂ ਪੀਣਾ, ਤੂੰ ਇੱਧਰ ਨਹੀਂ ਆਉਣਾ, ਸਾਹ ਨਹੀਂ ਲੈਣਾ, ਕੌਮਾਂ 'ਚ ਵੰਡੀਆਂ ਪਾਈਆਂ ਸੀ, ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੀ ਹੋਈ ਜਿਹੜੇ ਇੱਥੇ ਇਕੱਤਰ ਕੀਤਾ, ਸਭ ਨੂੰ ਮਿਲ ਕੇ ਇੱਕ ਪ੍ਰਬੰਧ ਕੀਤਾ, ਅਤੇ ਅਸੀਂ ਦੇਣ ਨਹੀਂ ਦੇ ਸਕਦੇ ਗੁਰੂ ਸਾਹਿਬ ਦਾ, ਉਪਰਾਲੇ ਹੋ ਜਾਣੇ, ਇਹ ਗੰਦੇ ਆਦਮੀ ਪਿੱਛੇ ਹੋ ਜਾਣਾ, ਅਤੇ ਆਪੇ ਇਕੱਠਾ ਹੋਇਆ ਹੀ ਪਿਆ, ਜੇ ਹੁਣ ਪਾਪ ਵੀ ਇਹੀ ਕਰਨਾ, ਚੌਧਰ ਵੀ ਇਹੀ ਕਰਨੇ, ਕਿਵੇਂ ਬਰਦਾਸ਼ਤ ਹੋ ਸਕਦਾ? ਸਰਬੱਤ ਖਾਲਸਾ ਮਨਾਇਆ ਸੀ ਅਤੇ ਕਿਵੇਂ ਲੋਕ ਗਏ ਸੀ, ਇਵੇਂ ਆਉਣਗੇ ਲੋਕ, ਹੁਣ ਤੁਹਾਡੇ ਕੋਲ ਵੇਖ ਲਿਓ, ਜੇ ਸੁਹਿਰਦ ਲੀਡਰਸ਼ਿਪ ਇਕੱਠੀ ਹੋ ਜਾਵੇ ਤਾਂ ਲੋਕ ਇਹਨਾਂ ਦਾ ਸਾਥ ਨਹੀਂ ਦੇਣਗੇ ਬਿਲਕੁਲ।
ਤੁਸੀਂ ਆਪਸ ਇਕੱਠੇ ਹੋ ਜਾਓਗੇ? ਅਸੀਂ ਕਿਉਂ ਨਹੀਂ ਹੋਵਾਂ ਇਕੱਠੇ? ਬਿਲਕੁਲ ਇਕੱਠੇ ਹੋਵਾਂਗੇ। ਕਿਹੜੇ ਕਿਹੜੇ ਦਲ ਇਕੱਠੇ ਹੋ ਜਾਓਗੇ ਤੁਸੀਂ? ਸਾਰਾ ਖਾਲਸਾ ਪੰਥ ਹੀ ਇਕੱਠਾ ਹੋਊਗਾ, ਇਹਨਾਂ ਨੂੰ ਛੱਡ ਕੇ, ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਟਕਸਾਲੀ ਇਕੱਠੇ ਆ, ਇਹਨਾਂ ਨੂੰ ਛੱਡ ਕੇ ਸਾਰੇ ਇਕੱਠੇ ਹੋਣਗੇ? ਸਰ ਇੱਥੇ ਹੀ ਪੁੱਛ ਰਹੇ ਹਾਂ ਵੈਸੇ, ਤੁਸੀਂ ਹੋ ਜਾਣਗੇ, ਤੁਸੀਂ ਸਾਹਮਣੇ ਬੈਠੇ ਹੋ, ਰੰਗ ਲਾਗਤ ਲਾਗਤ ਲਾਗਤ, ਇਹ ਨਹੀਂ ਵੀ ਇੱਕ ਦਿਨ ਇਕੱਠੇ ਹੋ ਜਾਣਗੇ। ਜਗਤਾਰ ਸਿੰਘ, ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਅਕਾਲੀ ਦਲ ਨਾਲ ਤੁਰੂਗਾ? ਮੈਂ ਕਿਹਾ ਜੀ, ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਸੰਦੇਸ਼ ਹੈ ਉਹ ਕੌਮ ਤੱਕ ਪਹੁੰਚਾਉਣਾ, ਅਸੀਂ ਸੁਰਗੀ ਦੇ ਇਸ ਗੱਲ ਨੂੰ ਲੈ ਕੇ ਵੀ ਸਾਰਾ ਮਤਲਬ ਸਾਡੀ ਲੜਾਈ ਕਿਸ ਗੱਲ ਦੀ ਹੈ ਵੀ ਕੌਮ ਨੂੰ ਕਿਹੜੇ ਰਾਹ ਤੇ ਤੋਰਤਾ ਇਹਨਾਂ ਲੋਕਾਂ ਕਰਕੇ ਕੌਮ ਅੱਜ। ਜਗਤਾਰ ਸਿੰਘ ਜੀ, ਤੁਸੀਂ ਸਵਾਲ ਗੋਲ ਮੋਲ ਨਾ ਕਰੋ। ਨਹੀਂ ਗੋਲ ਮੋਲ ਨਹੀਂ, ਗੋਲ ਨਹੀਂ, ਮੈਂ ਬੜੇ ਸਾਰੇ ਸਵਾਲ ਕਰਦਾ। ਦੇਖੋ ਕੌਮ, ਮੈਂ ਤਾਂ ਔਖੇ ਸਵਾਲ ਹੀ ਨਹੀਂ ਆਉਂਦੇ ਕਰਨੇ, ਮੈਂ ਤਾਂ ਇੱਕ ਸਿੰਪਲ ਜਿਹਾ ਸਵਾਲ ਕੀਤਾ ਜਗਤਾਰ ਸਿੰਘ ਕੇਪੀ, ਇੱਕ ਮਿੰਟ ਸੁਣ ਤਾਂ ਲਓ, ਸਵਾਲ ਸੁਣ, ਇੱਕ ਮਿੰਟ ਸੁਣ ਲਓ, ਸੁਣ ਲਓ, ਸੁਣ ਲਓ, ਜਿੱਡਾ ਕਰਦੇ ਹੋ ਨਹੀਂ। ਜਗਤਾਰ ਸਿੰਘ, ਸਵਾਲ ਬੜਾ ਸਧਾਰਨ ਹੈਗਾ, ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਲ, ਕਾਂਗਰਸ ਨਾਲ, ਮੋਦੀ ਸਾਹਿਬ ਨਾਲ ਸਟੇਜ ਸਾਂਝੀ ਨਹੀਂ ਕਰਨੀ, ਇਹਦਾ ਮਤਲਬ ਸਿੱਧਾ ਸਿੱਧਾ ਬਣਦਾ ਜਿਵੇਂ ਮਾਨ ਸਾਹਿਬ ਨੇ ਕਿਹਾ ਇੱਕ ਵੱਖਰੀ ਸਟੇਜ ਲੱਗੂਗੀ, ਇੱਕ ਵੱਖਰੀ ਸਟੇਜ ਲੱਗੂਗੀ, ਉਸ ਵੱਖਰੀ ਸਟੇਜ ਤੇ ਕੀ ਤੁਸੀਂ ਸਾਰੇ ਇਕੱਠੇ ਹੋ ਜਾਓਗੇ? ਬਿਲਕੁਲ ਬਿਲਕੁਲ ਬਿਲਕੁਲ, ਸਿਮਰਜੀਤ ਸਿੰਘ ਮਾਨ ਨਾਲ ਬਹਿ ਜਾਓਗੇ ਤੁਸੀਂ? ਮੈਂ ਕਿਹਾ ਜੀ ਬਿਲਕੁਲ ਕੋਈ ਗੱਲ ਨਹੀਂ ਹੈ, ਅਸੀਂ ਤਾਂ ਕੌਮ ਦਾ ਸੁਨੇਹਾ ਪਹੁੰਚਾਉਣਾ, ਨਾ ਕਿ ਉੱਥੇ ਕੋਈ ਸਿਆਸਤ ਕਰਨੀ ਹੈ। ਪਰ ਗੱਲ ਇਹ ਹੈ ਵੀ ਅਸੀਂ ਕਾਂਗਰਸ ਤੇ ਬਾਦਲ ਦਲ ਨਾਲ ਸਾਂਝੀ ਨਹੀਂ ਕਰਾਂਗੇ, ਕਿਉਂਕਿ ਉਹ ਪੰਥ ਦੇ ਦੋਖੀ ਨੇ। ਗੱਲ ਤਾਂ ਇੱਥੇ ਆਉਂਦੀ ਹੈ ਕੇਪੀ ਜੀ, ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਤੁਹਾਡੇ ਮਾਧਿਅਮ ਰਾਹੀਂ ਵੀ ਸਾਰੀ ਕੌਮ ਨੂੰ ਬੇਨਤੀ ਕਰਦੇ ਹਾਂ ਵੀ ਆਪਾਂ ਇੱਕ ਪਲੇਟਫਾਰਮ 'ਤੇ ਜਿਹੜੇ ਕੌਮ ਦੇ ਹਮਦਰਦੀ ਨੇ, ਜਿਹੜੇ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ, ਇਕੱਠੇ ਹੋ ਕੇ ਆਪਾਂ ਸ਼੍ਰੀ ਗੁਰੂ ਨਾਨਕ ਮਹਾਰਾਜ ਦਾ 550ਵਾਂ ਪ੍ਰਕਾਸ਼ ਪੁਰਬ ਰਲ ਮਿਲ ਕੇ ਮਨਾਈਏ ਅਤੇ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ। ਮਾਲੀ ਸਾਹਿਬ ਜੀ, ਇਹ ਸਿਆਸਤ ਦੇ ਵਿੱਚੋਂ ਕਿਤੇ ਕੋਈ ਹੋਰ ਵੱਡਾ ਮੋਰਚਾ ਨਿਕਲ ਤਾਂ ਨਹੀਂ ਰਿਹਾ ਹੈਗਾ ਗੁਰਪੁਰਬ ਦੇ ਸਮਾਗਮਾਂ ਦੇ ਬਹਾਨੇ? ਨਹੀਂ, ਇਹਦੇ ਵਿੱਚੋਂ ਦੇਖੋ ਜੀ, ਬਾਕੀ ਤਾਂ ਜਿਹਨੂੰ ਆਪਾਂ ਕਹਿੰਦੇ ਹਾਂ ਕੁਦਰਤ ਦੇ ਲੋਕਾਂ ਦੇ ਹੱਥ ਬਸ ਆ, ਪਰ ਅੱਜ ਦੀ ਹਾਲਤ ਦੇ ਵਿੱਚ ਇਹ ਲੱਗ ਰਿਹਾ ਵੀ ਇਹਦੇ ਵਿੱਚੋਂ ਕੋਈ ਬਾਹਲਾ ਵੱਡਾ ਨਿਕਲੂਗਾ, ਬਹੁਤ ਵੱਡਾ ਨਿਕਲੂਗਾ। ਉਹਦਾ ਕਾਰਨ ਇਹ ਆ ਵੀ ਜਿਹੜੀਆਂ ਧਿਰਾਂ ਅਸਲ 'ਚ ਨਾ, ਤੁਸੀਂ ਜੋ ਰੌਲੇ ਨੇ ਉਹ ਮੌਜੂਦਾ ਸਿਆਸਤ ਤੋਂ ਪੈ ਰਹੇ ਨੇ, ਜਿਹੜੇ ਸਿਆਸਤ ਦੇ ਬਖਰੇਵੇਂ ਨੇ, ਸਿਆਸੀ ਫੈਸਲਿਆਂ ਬਾਰੇ ਬਖਰੇਵੇਂ ਨੇ, ਸਿਆਸੀ ਪਹੁੰਚਾਂ ਬਾਰੇ ਬਖਰੇਵੇਂ ਨੇ, ਉੱਥੋਂ ਜਦੋਂ ਤੁਸੀਂ ਤੈਅ ਕਰੋਗੇ ਤਾਂ ਫਿਰ ਇਹ ਸਾਂਝ ਆ ਮਾਨ ਨਾਲ ਵੀ ਨਹੀਂ ਚੱਲਣੀ, ਇਹ ਸਾਂਝ ਇਹਨਾਂ ਦੇ ਆਪਸ ਦੇ ਰੌਲੇ ਵੀ ਪੈ। ਦੂਜੀ ਗੱਲ ਵੱਡੀ ਇਹ ਆ, ਦੇਖੋ ਵੋਟਾਂ ਨੇ ਜਿਹੜੀਆਂ ਉਹ ਤਾਂ ਸਾਰੇ ਪੰਜਾਬੀਆਂ ਦੀਆਂ ਵੋਟਾਂ ਨੇ, ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਿੱਖ ਕੌਮ ਨੇ ਫਤਵਾ ਦਿੱਤਾ। ਸ਼੍ਰੋਮਣੀ ਕਮੇਟੀ ਦੀਆਂ ਗੱਲਾਂ ਨੇ ਜਾਂ ਸਿੱਖ ਅਦਾਰਿਆਂ ਦੀਆਂ ਗੱਲਾਂ ਨੇ, ਉਹਨਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਸਿੱਖ ਕੌਮ ਦੀਆਂ ਭਾਵਨਾਵਾਂ ਜਾਂ ਸਿੱਖ ਜਗਤ ਦੀਆਂ ਭਾਵਨਾਵਾਂ ਕਿੰਨੀ ਹੁੰਦੀਆਂ ਨੇ, ਕਿਉਂਕਿ ਇਹ ਸਾਰੇ ਸਿਆਸਤ ਦੇ ਆਧਾਰ 'ਤੇ ਤੈਅ ਕਰ ਰਹੇ ਨੇ ਗੱਲ। ਜੇ ਤਾਂ ਇਹਦਾ ਆਧਾਰ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ, ਉਹਦੇ ਸੰਦੇਸ਼ ਨੂੰ, ਉਹਦੇ ਅਨੁਸਾਰ ਅੱਜ ਸਾਨੂੰ ਕਰਨਾ ਕੀ ਚਾਹੀਦਾ, ਜੇ ਇਹਨੂੰ ਆਧਾਰ ਬਣਾਇਆ ਜਾਵੇ, ਇੱਧਰ ਸੋਚਿਆ ਵਿਚਾਰਿਆ ਜਾਵੇ, ਫਿਰ ਅਸਲ ਸਾਂਝ 'ਤੇ ਬਖਰੇਵੇਂ ਨਿੱਤਰਦੇ ਨੇ। ਇੱਧਰਲੇ ਪਾਸੇ ਨਾ ਤਾਂ ਸ਼੍ਰੋਮਣੀ ਕਮੇਟੀ, ਨਾ ਬਾਦਲ ਦਲ, ਨਾ ਪੰਜਾਬ ਸਰਕਾਰ, ਅਤੇ ਨਾ ਦੂਜੀਆਂ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਵੀ ਗੁਰੂ ਨਾਨਕ ਦੇ ਫਲਸਫੇ ਅਨੁਸਾਰ ਅੱਜ ਸਾਡੀ ਜੀਵਨ ਜਾਂਚ, ਅੱਜ ਸਾਡਾ ਪ੍ਰਬੰਧ, ਅੱਜ ਸਾਡੇ ਫੈਸਲੇ, ਅੱਜ ਸਾਡੀ ਸਿਆਸਤ ਕਿਹੋ ਜਿਹੀ ਹੋਣੀ ਚਾਹੀਦੀ ਆ। ਇਹ ਜਿਹੜਾ ਅਹਿਮ ਸਵਾਲ ਆ, ਜਿਹੜਾ ਸਾਡੇ ਗੁਰੂਆਂ ਨੂੰ, ਪੁਰਖਿਆਂ ਨੂੰ ਸ਼ਰਧਾਂਜਲੀ ਦੇਣ ਦਾ ਮਤਲਬ ਇਹ ਹੁੰਦਾ ਵੀ ਉਹਨਾਂ ਦੇ, ਉਹਨਾਂ ਤੋਂ ਪ੍ਰੇਰਨਾ ਲੈਣੀ, ਉਹ ਪ੍ਰੇਰਨਾ ਨੂੰ ਅੱਜ ਦੀ ਹਾਲਤ ਦੇ ਵਿੱਚ ਲਾਗੂ ਕਰਨਾ। ਰੂਸ ਦਾ ਇੱਕ ਵਿਦਵਾਨ ਆ, ਹੈਗਾ ਤਾਂ ਉਹ ਕਮਿਊਨਿਸਟ ਆ, ਪਰ ਉਹਨੇ ਗੱਲ ਬਹੁਤ ਵਧੀਆ ਕਹੀ ਆ, ਕਹਿੰਦਾ ਸਾਡਾ ਬੀਤਿਆ, ਵਰਤਮਾਨ ਅਤੇ ਭਵਿੱਖ ਇੱਕ ਤੰਦ ਰਾਹੀਂ ਆਪਸ ਵਿੱਚ ਜੁੜੇ ਹੁੰਦੇ ਹਨ, ਜੇ ਤੁਸੀਂ ਬੀਤੇ 'ਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਸੋ ਜੇ ਤੁਸੀਂ ਸਿਰਫ ਵਰਤਮਾਨ ਦੇ ਆਧਾਰ 'ਤੇ ਕਹੋਗੇ, ਸਾਡੀਆਂ ਸੋਚਾਂ ਦੇ ਆਧਾਰ 'ਤੇ ਅਸੀਂ ਅੱਗੇ ਵੱਧ ਜਾਵਾਂਗੇ, ਆਪਣੇ ਪਿਛੋਕੜ ਨੂੰ ਨਾਲ ਨਹੀਂ ਲਵੋਗੇ, ਪਿਛੋਕੜ ਦੇ ਆਧਾਰ 'ਤੇ ਭਵਿੱਖ ਬਾਰੇ ਨਹੀਂ ਕੁਛ ਸੋਚੋਗੇ, ਫਿਰ ਖੱਜਲ ਖੁਆਰੀ ਪੈਣਗੀਆਂ ਪੱਲੇ, ਮੈਨੂੰ ਇਹ ਲੱਗਦਾ। ਮਾਲੀ ਸਾਹਿਬ, ਸਵਾਲ ਬੜਾ ਸੰਜੀਦਾ ਹੈਗਾ ਜਿਹੜਾ ਤੁਸੀਂ ਚੱਕ ਦਿੱਤਾ ਹੈਗਾ। ਸਵਾਲ ਇਹ ਹੈਗਾ ਕਿ ਤੁਸੀਂ ਕਹਿ ਰਹੇ ਹੋ ਕਿ ਪਿਛੋਕੜ ਨੂੰ ਪਾਸੇ ਰੱਖ ਕੇ ਵਰਤਮਾਨ ਬਾਰੇ ਸੋਚ ਕੇ ਭਵਿੱਖ ਦੀ ਰਾਹ ਤਿਆਰ ਕਰਨੀ ਚਾਹੀਦੀ ਹੈ। ਇਸ ਦਾ ਮਤਲਬ ਇਹ ਹੈ ਕਿ ਜਿਹੜੀ ਕਾਂਗਰਸ 'ਤੇ ਦੋਸ਼ ਹੈ ਕਿ ਹੈ 1984 'ਤੇ, ਕਿ ਉਹ ਇਹ ਕੌਮ ਹੈ ਜਿਹੜੀ, ਜਾਂ ਇਹ ਪਾਰਟੀਆਂ ਹੈਗੀਆਂ ਜਿਹੜੀ ਇਸ ਕੌਮ ਦੀ ਅਗਵਾਈ ਕਰਦੀਆਂ ਹੈਗੀਆਂ, ਵੱਖ ਵੱਖ ਇਹਨਾਂ ਦੇ ਨਾਲ ਬੰਦੇ ਜੁੜੇ ਹੋਏ ਆ, ਕਿ ਉਹਨੂੰ ਇਹ ਭੁੱਲ ਜਾਣ? ਨਹੀਂ ਨਹੀਂ ਨਹੀਂ, ਕਿਉਂਕਿ ਇਹ ਸਵਾਲ ਉਦੋਂ ਬਾਅਦ ਇਹ ਅੱਗੇ ਰੱਖ ਦੇਣਗੇ ਜਦੋਂ ਮੈਂ ਇਹਨਾਂ ਨੂੰ ਸਵਾਲ ਕਰੂੰਗਾ, ਇਹਨਾਂ ਨੇ ਸਵਾਲ ਉਲਟਾ ਮੇਰੇ ਅੱਗੇ ਰੱਖ ਦੇਣਾ, 84 ਅਸੀਂ ਕਿਵੇਂ ਭੁੱਲ ਜਾਈਏ? ਮੈਂ ਕਹਿੰਦਾ ਬਿਲਕੁਲ ਨਾ ਭੁੱਲੋ, ਪਰ 84 ਤੋਂ ਸਬਕ ਸਿੱਖੋ ਨਾ ਜੀ। 84 ਤੋਂ ਬਾਅਦ ਕਿੰਨਾ ਸਮਾਂ ਇੱਥੇ ਸਰਕਾਰ ਰਹੇਗੀ ਕਾਂਗਰਸ ਦੀ, ਕਿੰਨਾ ਸਮਾਂ ਬਾਦਲ ਦੀ ਸਰਕਾਰ ਰਹੇਗੀ? ਉਸ ਤੋਂ ਬਾਅਦ ਜਿੰਨੇ ਹਜ਼ਾਰਾਂ ਮੁੰਡੇ ਪੁਲਿਸ ਮੁਕਾਬਲਿਆਂ 'ਚ ਮਾਰੇ ਨੇ, ਕੋਈ ਉਹਦੇ ਬਾਰੇ ਬੋਲਿਆ? ਕਿਸੇ ਨੇ ਉਹਦੀ ਜਾਂਚ ਕੀਤੀ ਆ? 84 ਤੋਂ ਬਾਅਦ ਦਿੱਲੀ 'ਚ ਸਰਕਾਰ ਕਿੰਨਾ ਚਿਰ ਰਹੇਗੀ ਕਾਂਗਰਸ ਦੀ, ਸੈਂਟਰ 'ਚ ਕਿੰਨਾ ਚਿਰ ਰਹੇਗੀ ਕਾਂਗਰਸ ਦੀ? ਇਹਦਾ ਮਤਲਬ ਥੋੜ੍ਹਾ ਵੀ ਅਸੀਂ ਭੁੱਲ ਗਏ ਉਹਨੂੰ, ਜਾਂ ਉਹ ਸਾਰੇ ਗੁਨਾਹ ਮਾਫ਼ ਹੋ ਗਏ, ਜਾਂ ਅੱਜ ਜੇ ਸੁਖਬੀਰ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਜਿੱਤ ਗਏ
ਸਿਆਸੀ ਲੜਾਈ ਦੇ ਵਿੱਚ ਉਹ ਜਿੱਤ ਗਏ ਦੋ ਸੀਟਾਂ, ਇਹਦਾ ਮਤਲਬ ਇਹ ਥੋੜ੍ਹਾ ਵੀ ਉਹਨਾਂ ਦੇ ਸਾਰੇ ਗੁਨਾਹ ਮਾਫ਼ ਹੋ ਗਏ। ਉਹ ਜਿਹੜੀ ਜੱਦੋ ਜਹਿਦ ਆ ਉਹ ਇੱਕ ਹੋਰ ਪੱਧਰ 'ਤੇ ਹਮੇਸ਼ਾ ਹੀ ਚੱਲਦੀ ਹੁੰਦੀ ਆ, ਇਹਦੇ ਨਾਲ ਨਾ ਕੋਈ ਦੋਸ਼ੀ। ਹੁਣ ਤੁਸੀਂ ਇਹ ਦੇਖੋ ਜੀ, 84 ਤੋਂ ਬਾਅਦ ਕਾਂਗਰਸ ਸਭ ਤੋਂ ਵੱਡਾ ਮੈਂਡੇਟ ਲੈ ਕੇ ਗਈ, ਅੱਜ ਵਾਲੇ ਮੋਦੀ ਨਾਲੋਂ ਵੱਡੀ ਵੀ ਜਿੱਤ ਲੈ ਕੇ ਗਈ ਲੋਕ ਸਭਾ 'ਚ, ਇਹਦਾ ਮਤਲਬ ਤਾਂ ਗੁਨਾਹ ਮਾਫ਼ ਹੋ ਗਏ। ਇਹ ਐਵੇਂ ਅਸੀਂ ਜਿਹੜੇ ਤਰਕ ਨੇ ਨਾ ਜੀ ਸਾਡੇ ਬੜੇ ਹੌਲੇ ਤਰਕ ਨੇ ਆਪਣੇ ਆਪ ਨੂੰ ਜਸਟੀਫਾਈ ਕਰਨ ਖਾਤਰ, ਇਹਦਾ ਮਤਲਬ ਮਾਲੀ ਸਾਹਿਬ ਇਹ ਸਮਝਿਆ ਜਾਵੇ ਜਿਹੜੇ ਮੁੱਦੇ ਹੈਗੇ ਆ ਅਸਲ ਮੁੱਦੇ ਆ ਜਿਹਨਾਂ ਦੀ ਗੱਲ ਕਰਨੀ ਪੈਂਦੀ ਆ, ਪਾਣੀ ਵੀ ਸੈਂਟਰ ਦੀ ਵਜ੍ਹਾ ਕਰਕੇ ਸਾਰਾ ਵੰਡਿਆ ਗਿਆ ਹੈਗਾ, ਪਾਣੀ ਇੱਥੋਂ ਖਤਮ ਹੋ ਗਿਆ ਕੇਂਦਰੀ ਨੀਤੀਆਂ ਕਰਕੇ, ਉਹਨਾਂ ਸਾਰਿਆਂ ਨੂੰ ਇੱਕ ਪਾਸੇ ਰੱਖ ਕੇ ਇੱਕ ਵਾਰੀ ਇੱਕ ਮੰਚ 'ਤੇ ਇਕੱਠਾ ਹੋਣਾ ਚਾਹੀਦਾ। ਨਹੀਂ ਮੈਂ ਕਹਿੰਦਾ ਨਹੀਂ, ਮੇਰਾ ਤਾਂ ਮਤਲਬ ਬਹੁਤ ਸਾਫ਼ ਆ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹ ਤਿੰਨੇ ਸਾਡੇ ਜ਼ਹਿਰੀਲੇ ਹੋ ਗਏ, ਤਬਾਹ ਹੋ ਗਏ, ਇਹਦੇ ਵਿੱਚੋਂ ਅੱਜ ਸਾਡੇ ਸਾਹਮਣੇ ਕੀ ਕਾਰਜ ਨਿਕਲਦੇ ਨੇ ਤਾਂ ਕਿ ਗੁਰੂ ਨਾਨਕ ਦੇ ਸੰਦੇਸ਼ ਨੂੰ ਅਸੀਂ ਅਮਲੀ ਜੀਵਨ ਦੇ ਵਿੱਚ ਲਾਗੂ ਕਰ ਸਕੀਏ। ਮੈਂ ਤਾਂ ਕਹਿੰਦਾ ਉਹ 'ਤੇ ਧਿਆਨ ਦਿਓ, ਉਹ 'ਤੇ ਅਮਰਿੰਦਰ ਦੋਸ਼ੀ ਆ, ਬਾਦਲ ਦੋਸ਼ੀ ਆ, ਮੋਦੀ ਦੋਸ਼ੀ ਆ, ਵਾਜਪੇਈ ਦੋਸ਼ੀ ਆ, ਉਹ ਆਪੇ ਸਾਹਮਣੇ ਆ ਜੂ ਜਦੋਂ ਤੁਸੀਂ ਹਕੀਕਤ ਸਾਹਮਣੇ ਰੱਖੋਗੇ। ਅੱਜ ਦਾ ਪ੍ਰਬੰਧ ਦੁਖੀ ਆ ਜਿਹੜਾ ਸਾਰਾ ਬਹੁਤ ਪਲੀਤ ਕਰ ਰਿਹਾ ਪਾਣੀ। ਬਹੁਤ ਸੰਜੀਦਾ ਸਵਾਲ ਚੁੱਕਿਆ ਤੁਸੀਂ, ਇੱਕ ਛੋਟਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ ਆਖਰੀ ਹਿੱਸੇ ਵਿੱਚ, ਅਸੀਂ ਹੋਵਾਂਗੇ ਉਹਨਾਂ ਮੁੱਦਿਆਂ ਦਾ ਜ਼ਿਕਰ ਕਰੋ, ਉਹਨਾਂ ਮੁੱਦਿਆਂ 'ਤੇ ਇਹਨਾਂ ਸਿਆਸਤਦਾਨਾਂ ਨੂੰ ਘੇਰੋ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ, ਪੰਜਾਬ ਦਾ ਪਾਣੀ, ਪੰਜਾਬ ਦੀ ਕਿਸਾਨੀ ਖਤਮ ਕੀਤੀ ਹੈ, ਜਿਹੜੀ ਜਵਾਨੀ ਸਾਡੀ ਬਾਹਰ ਜਾ ਰਹੀ ਹੈਗੀ, ਜਿਹੜੀ ਨਸ਼ੇ 'ਚ ਗਲਤਾਨ ਹੋ ਰਹੀ ਹੈ, ਜਿਹੜਾ ਸਾਡਾ ਵਾਤਾਵਰਨ ਚੁਗਿਰਦਾ ਜਿਹੜਾ ਪਲੀਤ ਹੋ ਗਿਆ। ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਵਿੱਚ ਤਾਂ ਇਹ ਸਾਰਾ ਕੁਝ ਹੁੰਦਾ ਹੈ, ਪਾਣੀ, ਹਵਾ, ਧਰਤ, ਸਭ ਦੀ ਗੱਲ ਹੁੰਦੀ ਹੈ, ਉਸ ਦੀ ਗੱਲ ਅਸੀਂ ਕਿਉਂ ਨਹੀਂ ਕਰਦੇ? ਫਲਸਫੇ ਨੂੰ ਅਸੀਂ ਸਮਝਦੇ ਨਹੀਂ ਪਏ। ਜਿਹੜਾ ਮਾਲੀ ਸਾਹਿਬ ਨੇ ਗੱਲ ਕਹੀ ਹੈ ਕਿ ਜਿਹੜਾ ਇਹ ਤਰਕ ਹੈਗਾ ਬੜਾ ਹੌਲਾ ਦਿੱਤਾ ਜਾ ਰਿਹਾ ਹੈਗਾ, ਆਪਦੇ ਤਰਕ ਨੂੰ, ਆਪਦੀ ਦਲੀਲ ਨੂੰ ਮਜ਼ਬੂਤ ਕਰਨ ਦੀ ਲੋੜ ਹੈਗੀ ਆ, ਤਾਂ ਹੀ ਤੁਸੀਂ ਭਵਿੱਖ ਦੀ ਰਾਹ ਜਿਹੜੀ ਉਹ ਵਧੀਆ ਸਿਰ ਸਕਦੇ ਹੋ। ਬ੍ਰੇਕ ਤੋਂ ਵਾਪਸ ਆ ਰਹੇ ਹਾਂ ਆਖਰੀ ਹਿੱਸੇ ਵਿੱਚ। ਇਹ ਸਵਾਲ ਇੱਕੋ ਪੁੱਛੇ, ਧਾਰਮਿਕ ਸਮਾਗਮਾਂ 'ਤੇ ਸਾਂਝ ਦਾ ਸੁਣਿਆ ਕਿਹੜੀ ਸਿਆਸਤ ਵਿੱਚ ਉਲਝਿਆ? ਗੁਰਨਾਮ ਸਿੰਘ ਸਿੱਧੂ ਸਾਹਿਬ, ਤੁਸੀਂ ਬੜੇ ਸਿਆਣੇ ਬਣੇ ਹੋ, ਇੱਥੇ ਅਸੀਂ ਬੜੇ ਤਿੱਖੇ ਤਿੱਖੇ ਸਵਾਲ ਵੀ ਕਰਦੇ ਹਾਂ, ਸਾਰਾ ਕੁਛ ਕਰਦੇ ਹੈਗੇ, ਤੁਸੀਂ ਜੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਸਮਝਦੇ ਹੋ, ਤੁਸੀਂ ਬਾਣੀ ਨੂੰ ਸਮਝਦੇ ਹੈਗੇ ਹਾਂ, ਰੋਜ਼ ਤੁਸੀਂ ਉਸ ਦਾ ਨਿਤਨੇਮ ਵੀ ਕਰਦੇ ਹੋਵੋਗੇ, ਸਿੱਧੂ ਸਾਹਿਬ ਉਸ ਫਲਸਫੇ ਨੂੰ ਸਮਝੋ, ਛੱਡੋ ਸਿਆਸਤ, ਛੱਡ ਦਿਓ ਸਿਆਸਤ, ਭੁੱਲ ਜਾਓ। ਨਹੀਂ, ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਮਨਾਉਣਾ ਪੁਰਬ, ਇਹ ਤਾਂ ਕੋਈ ਸਿਆਸਤ ਨਹੀਂ ਜੀ, ਇਹ ਤਾਂ ਉਹਨਾਂ ਦੇ ਪਰਉਪਕਾਰ ਕੀਤਿਆਂ ਨੂੰ ਯਾਦ ਕਰਨਾ ਹੋ ਰਹੀ ਹੈ। ਸਿੱਧੂ ਸਾਹਿਬ ਲੋਕ ਕਰਦੇ ਹੋਣਗੇ ਪਰ ਅਸੀਂ ਸਿਆਸਤ ਨਹੀਂ ਕਰਦੇ। ਵੇਖੋ ਉਹਨਾਂ ਦੇ ਪਰਉਪਕਾਰਾਂ ਨੂੰ ਯਾਦ ਕਰਨਾ, ਉਹਦਾ ਸੁਨੇਹਾ ਦੇਣਾ, ਜੋ ਜੇ ਤੁਸੀਂ ਨਹੀਂ ਜਾਓਗੇ ਤਾਂ ਫਿਰ ਸਮਾਗਮ ਨਹੀਂ ਹੋਣਗੇ, ਦੱਸੋ। ਨਹੀਂ ਜੀ, ਉਹ ਵੀ ਕਰਨਾ ਅਸੀਂ ਕਰਾਂਗੇ, ਆਪਦਾ ਕਰੀ ਜਾਣ, ਜੋ ਕੋਲ ਕਰਨਾ ਕਰੀ ਜਾਣ। ਕੀ ਤੁਸੀਂ ਸੁਨੇਹਾ ਲੋਕਾਂ ਨੂੰ ਕੀ ਦੱਸੋਗੇ? ਨਾਨਕ ਨੇਮ ਨਾਮ ਲੇਵਾ ਸੰਗਤ ਨੂੰ ਕੀ ਦੱਸੋਗੇ ਵੀ ਭਾਈ ਅਸੀਂ ਅੱਡ ਅੱਡ? ਤੁਸੀਂ ਸਰਬੱਤ ਖਾਲਸਾ ਵੇਖਿਆ ਸੀ, ਸਰਕਾਰ ਇਹਨਾਂ ਦੀ ਸੀ, ਕਿੰਨਾ ਇਕੱਠ ਸੀ ਉੱਥੇ, ਤੁਸੀਂ ਲੋਕ ਉਸ ਤਰ੍ਹਾਂ ਜਾਣਗੇ। ਤੁਸੀਂ ਇਕੱਠ ਦਿਖਾਉਣਾ, ਅਸੀਂ ਸੰਗਤ ਨੂੰ ਚਾਹੁੰਦੇ ਹਾਂ ਸੁਨੇਹਾ ਦੇਣਾ ਚੰਗਾ ਇਕੱਠਾ ਕਰਕੇ। ਸੰਗਤ ਕਿਹੜੀ ਨੂੰ ਸੁਨੇਹਾ ਦੇਣਾ? ਜਿਹੜੀ ਗੁਰੂ ਪਾਤਸ਼ਾਹ ਨੂੰ ਮੰਨਦੀ ਹੈ, ਜਿਹੜੇ ਗੁਰੂ ਨਾਨਕ ਪਾਤਸ਼ਾਹ ਨੂੰ ਨਹੀਂ ਮੰਨਦੀ। ਦੇਖੋ ਜਿਹੜੇ ਮੰਨਣ ਵਾਲਾ, ਉਹ ਗੱਲ ਆ, ਤਰਕ ਖੋਲੇ ਆਪਣੇ ਜਿਹੜਾ ਸਾਹਿਬ, ਤਰਕ ਖੋਲੇ ਆ, ਉਹ ਲੋਕ ਦੇਖ ਰਹੇ ਆ। ਨਹੀਂ ਨਹੀਂ ਨਹੀਂ, ਅਸੀਂ ਕਰਤਾਰਪੁਰ ਲੰਘਿਆ ਜ਼ਿਕਰ ਕਰਦੇ ਆ, ਪਾਕਿਸਤਾਨ ਦੇ ਲੋਕ ਵੀ ਦੇਖ ਰਹੇ ਆ ਤੁਹਾਨੂੰ, ਦੇਖ ਰਹੇ। ਠੀਕ, ਚੰਗੀ ਗੱਲ, ਕੀ ਸੁਨੇਹਾ ਜਾਊਗਾ ਨਨਕਾਣਾ ਸਾਹਿਬ, ਕੀ ਸੁਨੇਹਾ ਭੇਜੋਗੇ ਤੁਸੀਂ? ਨਹੀਂ, ਅਸੀਂ ਪੰਜਾਬ ਸਾਹਿਬ ਕੀ ਸੁਨੇਹਾ ਭੇਜੋਗੇ ਤੁਸੀਂ? ਕੋਈ ਉਹਦੇ ਗੁਰੂ ਨਾਨਕ ਪਾਤਸ਼ਾਹ ਵਿਰੋਧੀ ਥੋੜੋ ਆ, ਅਸੀਂ ਤਾਂ ਉਹਨਾਂ ਦੀ ਕਿਰਪਾ ਲੈਣੀ ਆ। ਪ੍ਰਵਾਸੀ ਭਾਰਤੀ ਬੈਠੇ, ਉਹ ਸੁਣਦੇ ਪਏ ਆ ਪ੍ਰੋਗਰਾਮ, ਉਹਨਾਂ ਨੂੰ ਕੀ ਸੁਨੇਹਾ ਦੇ ਰਹੇ ਆ? ਨਹੀਂ, ਉਹ ਫਿਰ ਕੀ ਉਹ ਬਾਦਲ ਕੋਲ ਜਾਣਗੇ? ਉਹ ਨਹੀਂ ਜਾਣਗੇ ਕਦੇ ਵੀ। ਉਹ ਬਾਦਲ ਨੂੰ ਮੱਥਾ ਟੇਕਣਾ ਤੁਸੀਂ ਕਮਾਲ ਕਰਦੇ ਹੋ ਸਿੱਧੂ ਸਾਹਿਬ। ਜਦੋਂ ਕੰਟਰੋਲ ਉਹਨਾਂ ਦਾ ਹੋਏਗਾ, ਮੈਂ ਉਹਨਾਂ ਦੀ ਮਾਨਤਾ ਦੇ ਦਈਏ, ਉਹਨੂੰ ਬਾਦਲ ਨੂੰ ਮਾਨਤਾ ਦੇ ਦਈਏ। ਨਹੀਂ, ਪਹਿਲੀ ਗੱਲ ਤਾਂ ਹੈ ਜਿਹੜੇ ਸਮਾਗਮ ਹੋ ਰਿਹਾ ਇਹ ਅਕਾਲ ਤਖਤ ਦੀ ਸਰਪ੍ਰਸਤੀ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪੰਗੇ ਪੰਗੇ ਕਿਉਂ ਲੈਂਦੇ ਆ ਸਾਹਿਬ? ਜਥੇਦਾਰ ਕਿਨਾਂ ਦੇ ਨੇ? ਇਹ ਪੰਗੇ ਕਿਉਂ ਲੈਂਦੇ ਆ ਜਾਂ ਸਿੱਧੀ ਉਹਨਾਂ ਦੇ ਛੱਡ ਦੇਣ? ਹੁਕਮਨਾਮਾ ਤੇ ਜਾਰੀ ਕਰਾਉਂਦੇ ਨੇ ਬੈਠ ਕੇ ਜਥੇਦਾਰਾਂ ਤੋਂ, ਦੱਸੋ। ਤੁਸੀਂ ਵੇਖੋ ਨਾ, ਇੰਨਾ ਚਿਰ ਹਕੂਮਤ ਰਹੀ ਹੈ, ਹੁਣ 10 ਸਾਲ ਬਾਅਦ ਪਾਣੀ ਵੀ ਯਾਦ ਆ ਗਿਆ, ਚੰਡੀਗੜ੍ਹ ਵੀ ਯਾਦ ਆ ਗਿਆ, ਪਹਿਲਾਂ ਸੁੱਤੇ ਰਹੇ ਆ ਨਸ਼ਿਆਂ ਦੀ ਦਲਦਲ ਵਿੱਚ। ਸਾਡੀਆਂ ਕੁੜੀਆਂ ਨਸ਼ਿਆਂ ਦੇ ਪੰਜਾਬ ਦੇ ਨੌਜਵਾਨ, ਫਿਰ ਉਸੇ ਤਰਫ ਤੁਸੀਂ ਆਪ ਹੀ ਉਲਝ ਜਾਂਦੇ ਹੋ। ਨਸ਼ਿਆਂ ਦੀ ਦਲਦਲ ਤੱਕ ਤਾਂ ਕੀ 3 ਸਾਲ ਪਹਿਲਾਂ ਧੱਕੇ ਗਏ ਜੋ ਤੁਸੀਂ ਛੱਡਿਆ? ਕੇਪੀ ਜੀ, ਅਸੀਂ ਆਵਾਜ਼ ਉਠਾਈ ਹੈ ਪਾਰਟੀ ਦੇ ਵਿੱਚ, ਇਹ ਨਹੀਂ ਆਵਾਜ਼ ਨਹੀਂ ਉਠਾਈ। ਬੰਦਾ ਜਦੋਂ ਆਵਾਜ਼ ਉਹਦੀ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿੰਨੇ ਸਾਲ ਆਵਾਜ਼ ਚੁੱਕਦੇ ਰਹੇ, ਕਿੰਨੇ ਸਾਲ ਦੱਬੀ ਗਈ ਜਨਤਾ? ਤੁਸੀਂ ਇੱਕ ਗੱਲ ਦੇਖੋ, ਇੱਕ ਵੱਖਰੀ ਗੱਲ ਮੈਂ ਕਰਦਾ। ਗੁਰੂ ਨਾਨਕ ਸਾਹਿਬ ਬਾਰੇ ਅਸੀਂ ਕਹਿੰਦੇ ਹਾਂ ਵੀ ਉਹਨਾਂ ਨੇ ਆਖਰੀ ਵਰੇ ਕਰਤਾਰਪੁਰ ਸਾਹਿਬ ਖੇਤੀ ਕੀਤੀ। ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਚੱਲ ਰਹੀ ਹੈ। ਗੱਲ ਇਹ ਆ ਵੀ ਇਹ ਵੀ ਅਸੀਂ ਕਹਿੰਦੇ ਹਾਂ ਪੰਜਾਬ ਦਾ ਮਸ਼ਹੂਰ ਆ, ਉੱਤਮ ਖੇਤੀ ਮੱਧਮ ਵਪਾਰ ਨਖਿੱਧ ਚਾਕਰੀ ਭੇਖ ਦੁਆਰ। ਅੱਜ ਉਹ ਖੇਤੀ ਹੈ ਜਿਹੜੀ ਉਹ ਤਬਾਹ ਹੋ ਰਹੀ ਹੈ। ਅੱਜ ਉਹ ਜਿਹੜਾ ਲਾਂਘਾ ਖੋਲ੍ਹਣ ਵਾਲੇ ਮਾਮਲੇ 'ਚ ਇੱਕ ਉਹ ਗੱਲ ਨੂੰ ਉਭਾਰਨ ਵਾਲਾ ਬੰਦਾ ਸੀ, ਉਹਨੂੰ ਸਾਰੀ ਸਿਆਸਤ ਆ ਜਿਹੜੀ ਉਹਨੂੰ ਭੁਲਾ ਰਹੀ ਹੈ।
नीचा अंदर नीच जात नीति हुमत नीच जात पात जात पात मिटाया जात पात मिटाया ईरखा मिटाई हर एक नु ए कह विज्ञान दी गल कीती है बहुत साल पहला विज्ञान दी गल करते सी मैं कहना भी ओ स्नेहा समझण ते आज दे लोकां नु लजाण दा एजेंडा किदे कोले आ जी मैनु ता नहीं दिखाई दे रहा जगतार सिंह तुसी नौजवान हो बड़ियां उम्मीदां तुहाडे तो तुसी जिहड़े तुहाडे सीनियर सियासतदान है के है पॉलिटिशियन है के है जिहड़े तुहाडे लीडर है के है उहनां कोल जाके गल तां करो एक वारी फिकर है जे कौम दी चढ़दी कला ओही एक साइड ते हो जाण क्यों नहीं प्रधान की छड़ दे क्यों क्यों क्योंकि प्रधान की छड़ के उन्हां नूं पता है भी साडा हल नहीं होना मसला प्रधानगी दा है ना सारा नहीं मतलब प्रधानगी दा नहीं शुरू सवाल कीता गल प्रधानगी दा नहीं गल कौम दी है कौम नू इना ने बेचता है आरएसएस दे हाथ भारू हो गई है कौम दे उत्ते साडी कौम एक वक्री कौम है चढ़दी कला वाली कौम है जे ओ कौम नू इना ने जहर दे दे के उना नू खोरा ला के अंदर खोखली करता है ओही आरएसएस ने सरकार बनाई उत्ते हिंदुस्तान भी नुमाइंदे है ਇਹ ਕੌਮ ਜਿਹੜਾ ਸਿੱਖ ਕੌਮ ਹੈ ਜਿਹੜਾ ਪੰਜਾਬ ਦੇ ਵਿੱਚ ਅਸੀਂ ਵਸਦੇ ਹਾਂ ਜੇ ਉਹਨਾਂ ਦੀ ਸਰਕਾਰ ਹੈ ਉੱਥੇ ਕੇਂਦਰ ਦੇ ਵਿੱਚ ਸਾਡਾ ਫਰਜ਼ ਬਣਦਾ ਅਸੀਂ ਉਹਨਾਂ ਨੂੰ ਜਾ ਕੇ ਦੱਸੇ 2011 ਦੀ ਇਲੈਕਸ਼ਨਾਂ ਹੋਈਆਂ ਨੇ ਸਿਰਫ ਇਸ ਕਰਕੇ ਵੀ ਸ਼੍ਰੋਮਣੀ ਕਮੇਟੀ ਪੰਥ ਨੂੰ ਅਸੀਂ ਆਪਣੇ ਕਬਜ਼ੇ 'ਚ ਲੈ ਕੇ ਰੱਖੀਏ ਅੱਗੇ ਕੀ ਹੁੰਦਾ ਸੀ ਪੰਥ ਦੇ ਉੱਤੇ ਭਾਰੂ ਹੈ ਸਿਆਸਤ ਦੀ ਡਿੜ 'ਚ ਪੰਥ ਦੇ ਉੱਤੇ ਸਿਆਸਤ ਭਾਰੂ ਅੱਜ ਮੇਰੀ ਪੀਰੀ ਦਿਵਸ ਵੀ ਮਨਾ ਰਹੇ ਹਾਂ ਅਸੀਂ ਗੁਰੂ ਨਾਨਕ ਸਿੱਧੂ ਸਾਹਿਬ ਤੁਸੀਂ ਕੋਈ ਸਿਆਣੇ ਬਣੇ ਬੰਦੇ ਇਕੱਠੇ ਹੋ ਕੇ ਆਪਸ 'ਚ ਗੱਲ ਕਰ ਲਓ ਸਾਰੇ ਕਿ ਨਹੀਂ ਹੋ ਸਕਦਾ सब कुछ हो सकता है और होएगा ये तुसी बहुत ही बहुत चिंता पे लगे हो गुरु बड़ा समर्थ है गुरु को साडे अर्गा नहीं है जे पिछला गुरु ते सुनदे नहीं पे असी नहीं क्यों नहीं सुनदे गुरु ते सुनदे नहीं पे गुरु दी सुनदे पर दुखियां दी नहीं सुनदे गुरु जी दा पानी जवानी किसानी सारा दी गल कीती असी सुनदे नहीं पे ए उहनां नूं तुसी वेखियो हालात की होणे इथों दे तुसी हजे दुनियावी सोच ते बैठे हैं असी उस पातशाह दे मेहर दे थल्ले हैं जिसने ਉਹ ਸਮੇਂ ਚੋਂ ਕੱਢਿਆ ਜਿੱਥੋਂ ਕੋਈ ਕੱਢ ਨਹੀਂ ਸਕਦਾ ਸੀ ਠੀਕ ਹੈ ਮਾਲੀ ਸਾਹਿਬ ਮੈਨੂੰ ਇੱਕ ਚੀਜ਼ ਜ਼ਰੂਰ ਦੱਸ ਕੇ ਜਾਓ ਮੈਂ ਅੱਜ ਪੁੱਛ ਰਿਹਾ ਹੈਗਾ ਇਸ ਸਵਾਲ ਦਾ ਜਵਾਬ ਦੇ ਦਿਓ ਮਾਲੀ ਸਾਹਿਬ ਅਸੀਂ ਇਸ ਵਿਸ਼ੇ 'ਤੇ ਅੱਗੇ ਤੋਂ ਕੋਈ ਪ੍ਰੋਗਰਾਮ ਕਰੀਏ ਕੋਈ ਉਮੀਦ ਦੀ ਕਿਰਨ ਤੁਹਾਨੂੰ ਦਿਖਦੀ ਹੈ ਜਾਂ ਅਸੀਂ ਇਹ ਪ੍ਰੋਗਰਾਮ ਅੱਜ ਆਜ ਸਾਂਝ ਵਾਲਾ ਹੈਗਾ ਬੰਦ ਕਰ ਦਈਏ ਨਹੀਂ ਨਹੀਂ ਦੇਖੋ ਦੋ ਗੱਲਾਂ ਨੇ ਇੱਕ ਤਾਂ ਆਹ ਗੱਲ ਆ ਵੀ ਸਾਰਿਆਂ ਨੂੰ ਮਿਲ ਕੇ ਮਨਾਉਣਾ ਚਾਹੀਦਾ ਇਹਦਾ ਇੱਕ ਪ੍ਰਸੰਗ ਹੋਰ ਆ ਇੱਕ ਇਹ ਸਵਾਲ ਆ ਵੀ ਗੁਰੂ ਨਾਨਕ ਪਾਤਸ਼ਾਹ ਦਾ 550 ਪੁਰਬ ਜਿਹੜਾ ਇਹ ਉਹ ਅਸੀਂ ਕਿਵੇਂ ਮਨਾਈਏ ਕਿਹੜੀਆਂ ਸੋਚਾਂ ਨੂੰ ਉਭਾਰੀਏ ਕਿਹੜੇ ਉਹਨਾਂ ਤੋਂ ਸਿੱਖਿਆ ਕੀ ਲਈਏ ਉਹ ਸਿੱਖਿਆ ਅੱਜ ਅਸੀਂ ਕਿਵੇਂ ਲਾਗੂ ਕਰ ਸਕਦੇ ਹਾਂ ਅਪਣਾ ਸਕਦੇ ਹਾਂ ਉਹ ਧਾਰਮਿਕ ਖੇਤਰ 'ਚ ਕਿਵੇਂ ਲਾਗੂ ਹੋ ਸਕਦੀ ਆ ਕਿਸਾਨੀ ਕਿਵੇਂ ਲਾਗੂ ਕਰ ਸਕਦੀ ਆ ਸਰਕਾਰ ਕਿਵੇਂ ਲਾਗੂ ਕਰ ਸਕਦੀ ਆ ਹੋਰ ਨੂੰ ਕਿਵੇਂ ਕਰਨੀ ਚਾਹੀਦੀ ਆ ਤਾਂ ਕਿ ਗੁਰੂ ਨਾਨਕ ਦੇ ਸੁਪਨੇ ਵਾਲਾ ਸੰਦੇਸ਼ ਵਾਲਾ ਜਿਹੜਾ ਅਸੀਂ ਸਮਾਜਿਕ ਮਾਹੌਲ ਭਾਈਚਾਰਾ ਉਸਾਰ ਸਕੀਏ ਇਸ ਨਜ਼ਰੀਏ ਤੋਂ ਤਾਂ ਬਹੁਤ ਪ੍ਰੋਗਰਾਮ ਕੀਤੇ ਜਾ ਸਕਦੇ ਨੇ ਬਹੁਤ ਕਰਨੇ ਚਾਹੀਦੇ ਅਸੀਂ ਸਾਂਝ ਤੇ ਸਿੱਖਿਆ ਵਾਲੇ ਪ੍ਰੋਗਰਾਮ ਤਾਂ ਕਰੀ ਜਾਂਦੇ ਆ ਪਰ ਇਹ ਸੁਣਦੇ ਹੀ ਨਹੀਂ ਪਏ ਇਹ ਤਾਂ ਕਹਿੰਦੇ ਗੁਰੂ ਸਾਹਿਬ ਸਮਤ ਬਖਸ਼ਣਗੇ ਇਹ ਤਾਂ ਦੁਨੀਆ ਠੀਕ ਆ ਇਹ 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 ਕਦੋਂ ਸਮਾਪਤੀ ਉਹਨਾਂ ਨੇ ਥੱਲੇ ਕਿਉਂ ਲਾਉਣਾ ਚਾਹੁੰਦੇ ਆ ਗੁਰੂ ਸਾਹਿਬ ਦੇਖੋ ਥੱਲੇ ਕਿਉਂ ਲਾਉਣਾ ਚਾਹੁੰਦੇ ਹੋ ਕੇਪੀ ਜੀ ਜਿਹੜੀ ਗੱਲ ਤੁਸੀਂ ਸਾਨੂੰ ਕੀਤੀ ਹੈ ਉਹਨਾਂ ਥੱਲੇ ਕਿਉਂ ਲਾਉਣਾ ਚਾਹੁੰਦੇ ਹੋ ਅਸੀਂ ਉਹਨਾਂ ਨੂੰ ਵੀ ਸਵਾਲ ਕਰਦੇ ਆ ਅਸੀਂ ਉਹਨਾਂ ਨੂੰ ਵੀ ਕਰਦੇ ਆ ਸਵਾਲ ਹਾਂ ਫਿਰ ਦੋਸ਼ੀ ਨੇ ਉਹਨਾਂ ਨੂੰ ਵੀ ਕਰਦੇ ਆ ਸਵਾਲ ਉਹਨਾਂ ਨੂੰ ਇਹ ਕਹੋ ਵੀ ਜੇ ਤੁਸੀਂ ਕਹਿੰਦੇ ਆ ਤੇ ਉਹਨਾਂ ਨੂੰ ਸਾਹਮਣੇ ਬਿਠਾ ਕੇ ਕਰ ਲਓ ਬਿਠਾਓ ਨਹੀਂ ਮਾਫੀ ਮੰਗੋ ਉਹ ਆ ਨਹੀਂ ਸਕਦੇ ਫਿਰ ਤੁਸੀਂ ਲੜੋਗੇ ਬਹੁਤ ਆਪਸ ਵਿੱਚ ਫਿਰ ਤੁਸੀਂ ਗੱਲ ਨਹੀਂ ਕਰਨੀ ਲੜੀ ਜਾਣਾ ਚੋਰ ਨੇ ਉਹ ਚੋਰ ਨੇ ਆ ਨਹੀਂ ਸਕਦੇ ਜੋ ਗਲਤੀਆਂ ਉਹਨਾਂ ਨੇ ਕੀਤੀਆਂ ਜੋ ਗਲਤੀਆਂ ਉਹਨਾਂ ਤੋਂ ਹੋਈਆਂ ਛੇਰੇ ਤੁਸੀਂ ਦੱਸੋ ਹੋਈਆਂ ਨਹੀਂ ਹੋਈਆਂ ਗਲਤੀਆਂ ਹਾਂਜੀ ਮਾਲੀ ਸਾਹਿਬ ਬਾਬਾ ਨਾਨਕ ਵੀ ਇਹੀ ਕਹਿੰਦਾ ਨਾ ਜੀ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵਸੇ ਰੱਬ ਹਿਆਲੀਏ ਜੰਗਲ ਕਿਆ ਢੂੰਡੇ ਜਿਹੜਾ ਪਰਮਾਤਮਾ ਵਾਹਿਗੁਰੂ ਆ ਉਹਦੀ ਕਿਰਪਾ ਬੰਦਿਆਂ ਦੀ ਸੂਝ ਸਿਆਣਪ ਤੇ ਉਹਨਾਂ ਦੇ ਐਕਸ਼ਨਾਂ ਰਾਹੀਂ ਹੋਣੀਆਂ ਨਾ ਜੀ ਬਾਬੇ ਨਾਨਕ ਨੇ ਨਵੇਂ ਬੰਦੇ ਤਾਂ ਇੱਥੇ ਭੇਜ ਨਹੀਂ ਦੇਣੇ ਇਹਨਾਂ ਸਾਰਿਆਂ ਨੂੰ ਛੱਡ ਕੇ ਜਿਹੜੇ ਇਹਨੂੰ ਹੱਲ ਕਰਾ ਦੇਣਗੇ ਇਹਨਾਂ ਦੇ ਮਨਾਂ ਦੇ ਸ਼ੁੱਧਤਾ ਇਹਨਾਂ ਦੀ ਸੋਚ ਦੀ ਸ਼ੁੱਧਤਾ ਜਿੰਨੀ ਇਹ ਕੋਸ਼ਿਸ਼ ਕਰਕੇ ਕਰ ਲੈਣਗੇ ਬਾਬੇ ਨਾਨਕ ਦੇ ਸੰਦੇਸ਼ ਅਨੁਸਾਰ ਉਹਨਾਂ ਕੁਛ ਚੰਗਾ ਵੀ ਹੋ ਜੂ ਜੀ ਚਲੋ ਬਹੁਤ ਧੰਨਵਾਦ ਮਾਲੀ ਸਾਹਿਬ ਤੁਹਾਡਾ ਜਗਤਾਰ ਸਿੰਘ ਤੁਹਾਡਾ ਬਹੁਤ ਧੰਨਵਾਦ ਗੁਰਨਾਮ ਸਿੰਘ ਸਿੱਧੂ ਤੁਹਾਡਾ ਬਹੁਤ ਧੰਨਵਾਦ
असी एको चीज़ पूछी सी, एको सवाल किया गुरुपुरब से सियासी गंढा क्यों है, साइंस का सुनेहा कि सियासत में उलझा है। जिमें इतने पैनलिस्ट ने कहा है कि सानू ये साइंस ते सिक्ख्या वाले प्रोग्राम होर करने चाहिए है, उम्मीद करते हैं कि यह सांझा पै जाएगियाँ, सांझी वाल का सुनेहा जड़ा उसका दायरा होर वड्डा हो जाएगा। 550वें गुरपुरब के मौके ये सुनेहा जड़ा वो होर विशाल हो जाएगा, असी उम्मीद कर सकते हैं। तो इस उम्मीद के नाल अगे भी प्रोग्राम करांगे जरूर, जो तिकरी सांझ पैंदी नहीं। बहुत धन्यवाद।